ਜ਼ਿੰਦਗੀ ਦੀ ਕੈਨਵਸ ਵਿੱਚ ਬਹੁਤ ਸਾਰੇ ਰੰਗ ਹੁੰਦੇ ਨੇ ਤੇ ਇਹ ਰੰਗ ਪ੍ਰਸਥਿਤੀਆਂ ਨਾਲ ਕਦੇ ਗੂੜੇ ਤੇ ਕਦੇ ਫਿੱਕੇ। ਕੁਝ ਇਨਸਾਨ ਪ੍ਰਸਥਿਤੀਆਂ ਨੂੰ ਕਿਸਮਤ ਨਹੀਂ ਮੰਨਦੇ ਬਲਕਿ ਕਿਸਮਤ ਨੂੰ ਝੂਠਾ ਕਰਕੇ ਪ੍ਰਸਥਿਤੀਆਂ ਨੂੰ ਆਪਣਾ ਗੁਲਾਮ ਬਣਾਉਂਦੇ ਨੇ। ਜ਼ਿੰਦਗੀ ਵਿੱਚ ਹਮੇਸ਼ਾ ਚੱਲਦੇ ਰਹਿੰਦੇ ਨੇ, ਉਸ ਦੀ ਕਾਇਨਾਤ ਨੂੰ ਹੋਰ ਹਸੀਨ ਬਣਾਉਣ ਦਾ ਜਜ਼ਬਾ ਰੱਖਦੇ ਨੇ। ਇਹੋ ਜਿਹੀ ਸ਼ਖਸੀਅਤ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਨਾਲ। ਜੀ ਹਾਂ, ਪ੍ਰੋਫੈਸਰ ਲਖਬੀਰ ਸਿੰਘ ਜੀ ਹੋਰਾਂ ਨੂੰ, ਜਿਨ੍ਹਾਂ ਅੰਦਰ ਨੌਜਵਾਨਾਂ ਦੇ ਅੰਤਰੀ ਵਿਕਾਸ ਦਾ ਜਜ਼ਬਾ ਠਾਠਾ ਮਾਰ ਰਿਹਾ, ਉਹ ਨੌਜਵਾਨ ਪੀੜ੍ਹੀ ਦਾ ਅੰਤਰੀ ਵਿਕਾਸ ਕਰਨਾ ਚਾਹੁੰਦੇ ਨੇ। ਪ੍ਰੋਫੈਸਰ ਲਖਬੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਧੰਨਵਾਦ। ਪੰਜਾਬੀ ਰੇਡੀਓ USA ਦੇ ਜਲੰਧਰ ਸਟੂਡੀਓ ਦੇ ਵਿਚ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਖੁਸ਼ ਆਮਦੀਦ ਕਹਿਣਾ ਆ ਔਰ ਸਤਿ ਸ੍ਰੀ ਅਕਾਲ ਕਹਿਣਾ ਆ। ਜੀ ਜੀ ਪ੍ਰੋਫੈਸਰ ਸਾਹਿਬ, ਜਿਵੇਂ ਮੈਂ ਗੱਲ ਕੀਤੀ ਹੈ ਕਿ ਤੁਸੀਂ ਕਾਲਜ ਦੇ ਵਿਚ ਪੰਜਾਬੀ ਦੇ ਪ੍ਰੋਫੈਸਰ ਹੋ ਤੇ ਇਸ ਗੱਲ ਤੋਂ ਇਹ ਪਤਾ ਲੱਗਦਾ ਕਿ ਤੁਸੀਂ ਯੁਵਕਾਂ ਦੇ ਨਾਲ ਲਗਾਤਾਰ ਜੁੜੇ ਹੋਏ ਆ ਤੇ ਨਾਲ ਹੀ ਪੰਜਾਬੀਅਤ ਦੇ ਨਾਲ ਵੀ, ਇਹ ਦੋਵੇਂ ਗੱਲਾਂ ਦਾ ਸੁਮੇਲ ਤੁਹਾਡੇ ਕੋਲ ਹੀ ਹੈ, ਕੀ ਸੋਚਦੇ ਹੋ ਅੱਜ ਦੀ ਨੌਜਵਾਨ ਪੀੜ੍ਹੀ ਬਾਰੇ? ਰਣਜੀਤ, ਪੰਜਾਬ, ਪੰਜਾਬੀ, ਪੰਜਾਬੀਅਤ, ਮੈਨੂੰ ਇੰਝ ਲੱਗਦਾ ਕਿ ਸ਼ਾਇਦ ਜਵਾਨੀ ਦਾ ਹੀ ਨਾਂ ਹੈ। ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਔਰ ਪੰਜਾਬ ਦੀ ਜਵਾਨੀ ਜਾਂ ਪੰਜਾਬ ਦੇ ਜਵਾਨ ਸ਼ਾਇਦ ਸਾਰੀ ਦੁਨੀਆਂ 'ਚ ਸਲਾਹੇ ਗਏ ਨੇ। ਤੇ ਜਦੋਂ ਮੈਂ ਪੰਜਾਬੀ ਦਾ ਅਧਿਆਪਕ ਬਣਿਆ, ਕਾਲਜ ਵਿੱਚ ਗਿਆ, ਤਾਂ ਉਸ ਵੇਲੇ ਸ਼ਾਇਦ ਮੇਰਾ ਮਨਸ਼ਾ ਇਹੀ ਸੀ ਕਿ ਮੈਂ ਸਾਰੀ ਉਮਰ ਜਵਾਨ ਹੀ ਰਹਿਣਾ ਹੈ, ਜਵਾਨਾਂ 'ਚ ਰਹਿੰਦਾ ਹੋਇਆ। ਔਰ ਮੇਰਾ ਸ਼ਾਇਦ ਕਾਲਜ ਦੇ ਅਧਿਆਪਨ ਬਾਰੇ ਜਾਂ ਪ੍ਰੋਫੈਸਰੀ ਬਾਰੇ ਕੁਝ ਇਸ ਤਰ੍ਹਾਂ ਦੀ ਸੋਚ ਹੈ ਕਿ ਇਹੋ ਜਿਹਾ ਬੰਦਾ ਹੋਣਾ ਚਾਹੀਦਾ ਹੈ ਜਿਹੜਾ ਅਗਰ 23-24 ਸਾਲ ਦੀ ਉਮਰ ਦੇ ਵਿੱਚ ਅਧਿਆਪਨ ਦੇ ਕਾਰਜ ਵਿੱਚ ਜਾਂਦਾ ਹੈ ਤੇ ਉਸਨੇ 60 ਸਾਲ 'ਚ ਜਾ ਕੇ ਰਿਟਾਇਰ ਹੋਣਾ ਹੈ ਤੇ ਉਹ 60 ਸਾਲ ਦੇ ਵਿੱਚ 23-24 ਸਾਲਾਂ ਦਾ ਰਹਿਣਾ ਚਾਹੀਦਾ ਹੈ। ਕੀ ਬਾਤ ਹੈ ਜੀ! ਅਗਰ ਇਸ ਤਰ੍ਹਾਂ ਰਹਿਣ ਦੀ ਲੈ ਕੇ ਰਹਿਣ ਦੀ ਸੋਚ ਲੈ ਕੇ ਤੁਰਦੇ ਹਾਂ ਤਾਂ ਯਕੀਨਨ ਹੈ ਕਿ ਜਵਾਨਾਂ ਲਈ ਕੰਮ ਕਰ ਸਕਾਂਗੇ। ਔਰ ਜੇ ਪੰਜਾਬ, ਪੰਜਾਬੀ ਔਰ ਪੰਜਾਬੀਅਤ ਲਈ ਕੰਮ ਕਰਨਾ ਹੈ ਤਾਂ ਫਿਰ ਖਿੜੇ ਮੱਥੇ ਜਵਾਨ ਤਾਂ ਰਹਿਣਾ ਹੀ ਪੈਣਾ ਹੈ। ਬਿਲਕੁਲ ਜੀ, ਬਹੁਤ ਅੱਛੀ ਗੱਲ ਤੁਸੀਂ ਕੀਤੀ ਪ੍ਰੋਫੈਸਰ ਸਾਹਿਬ। ਤੁਸੀਂ ਗੱਲ ਕਰ ਰਹੇ ਹੋ ਕਿ ਹਮੇਸ਼ਾ ਤੁਸੀਂ ਜਵਾਨ ਹੋਣ ਦਾ ਜਜ਼ਬਾ ਜਿਹੜਾ ਉਹ ਕਾਇਮ ਰੱਖੋ, ਹਮੇਸ਼ਾ ਮਹਿਸੂਸ ਕਰੋ। ਤੁਹਾਡੇ ਕਹਿਣ ਦਾ ਭਾਵ ਹੈ ਕਿ ਸਭ ਕੁਝ ਮਨ ਦੇ ਅੰਦਰ ਹੀ ਹੈ। ਬਿਲਕੁਲ, ਵਿਅਕਤੀ ਦੀ ਜਿਹੜੀ ਜ਼ਿੰਦਗੀ ਹੈ ਉਹ ਜ਼ਿਆਦਾਤਰ ਹੁੰਦੀ ਮਨੋਬਲ ਨਾਲ ਹੈ। ਮੈਂ ਬਹੁਤ ਸਾਰੇ ਵੱਡੇ ਧੱਕੜ ਬੰਦੇ ਦੇਖੇ ਨੇ ਜਿਨ੍ਹਾਂ ਦੇ 6.5 ਫੁੱਟ ਦੇ ਜੁੱਸੇ ਨੇ, ਪਰ ਉਹ ਨਿੱਕੀ ਨਿੱਕੀ ਗੱਲ ਦੇ ਉੱਤੇ ਮੈਂ ਉਹਨੂੰ ਰੋਂਦਿਆਂ ਦੇਖਿਆ ਹੈ। ਦੂਜੇ ਪਾਸੇ ਮੈਂ ਇਹੋ ਜਿਹੇ ਵੀ ਦੇਖੇ ਨੇ ਜਿਹੜੇ ਛੋਟੇ ਛੋਟੇ ਕੱਦ ਤੇ ਦੇਖਣ ਨੂੰ ਭਾਵੇਂ ਮਾੜਕੂ ਲਾਉਂਦੇ ਨੇ ਪਰ ਹਿਮਾਲਾ ਪਰਬਤ ਵਰਗੀਆਂ ਸਮੱਸਿਆਵਾਂ ਨਾਲ ਮੱਥੇ ਲਾ ਕੇ ਹੱਸਦੇ, ਖੁਸ਼ ਹੁੰਦੇ ਅੱਗੇ ਤੁਰਦੇ ਨੇ ਤੇ ਹਰ ਸਮੱਸਿਆ ਨੂੰ ਜਿੱਤਦੇ ਜਾਂਦੇ ਨੇ। ਇਸ ਕਰਕੇ ਜ਼ਿਆਦਾਤਰ ਜ਼ਿੰਦਗੀ ਮਨੋਬਲ ਤੇ ਟਿਕੀ ਹੋਈ ਹੈ। ਬਿਲਕੁਲ ਜੀ, ਤੁਸੀਂ ਛੋਟੇ ਕੱਦ ਦੀ ਗੱਲ ਕੀਤੀ ਹੈ ਤੇ ਮੈਨੂੰ ਯਾਦ ਆ ਗਿਆ ਆਮਿਰ ਖਾਨ ਸਾਹਿਬ। ਉਹਨਾਂ ਦਾ ਕੱਦ ਭਾਵਾਂ ਛੋਟਾ ਹੈ ਲੇਕਿਨ ਫਿਲਮਾਂ ਦੇ ਵਿੱਚ ਉਹ ਬੜਾ ਆਪਣਾ ਨਾਮ ਕਮਾ ਰਹੇ ਨੇ। ਬਿਲਕੁਲ ਜੀ, ਬਹੁਤ ਵੱਡੇ ਕੱਦ ਵਾਲੇ ਨੇ। ਅੰਤਰੀ ਵਿਕਾਸ ਦੀ ਗੱਲ ਕੀਤੀ ਹੈ ਤੇ ਤੁਸੀਂ ਕਿੱਥੋਂ ਪ੍ਰਭਾਵਿਤ ਹੋਏ ਅੰਤਰੀ ਵਿਕਾਸ ਲਈ, ਸਵੈ ਅਧਿਐਨ ਲਈ, ਤੇ ਫਿਰ ਜਿਹੜਾ ਇਹ ਸਵੈ ਅਧਿਐਨ ਹੈ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਿਹੋ ਜਿਹਾ ਰੰਗ ਭਰਦਾ, ਕਿਹੋ ਜਿਹਾ ਰੰਗ ਲਿਆਉਂਦਾ, ਕਿਹੋ ਜਿਹਾ ਤਜਰਬਾ ਹੈ ਇਸ ਗੱਲ ਬਾਰੇ? ਰਣਜੀਤ, ਬੜਾ ਸੰਵੇਦਨਸ਼ੀਲ ਸਵਾਲ ਕੀਤਾ ਤੁਸਾਂ ਔਰ ਤੁਹਾਡਾ ਇਹ ਸਵਾਲ ਜਿਹੜਾ ਮੈਨੂੰ ਖਿੱਚ ਕੇ ਮੇਰੇ ਬਚਪਨ ਚ ਲੈ ਗਿਆ ਹੈ। ਮੈਂ ਦੁਆਬੇ ਦੇ ਜ਼ਿਲ੍ਹੇ ਕਪੂਰਥਲਾ ਦੇ ਬੇਟ ਇਲਾਕੇ ਦਾ ਜੰਮਪਲ ਆ। ਉਹ ਬੇਟ ਇਲਾਕਾ ਜਿਹੜਾ ਬਿਆਸ ਦਰਿਆ ਦੇ ਹੜਾਂ ਦੀ ਮਾਰ ਥੱਲੇ ਹੈ ਤੇ ਮੈਨੂੰ ਯਾਦ ਹੈ ਕਿ 1962 ਤੱਕ, ਜਿਸ ਸਾਲ ਮੇਰਾ ਜਨਮ ਹੋਇਆ, ਉਦੋਂ ਤੱਕ ਇਹ ਇਲਾਕਾ ਕਦੀ ਵੀ ਵਸ ਨਹੀਂ ਸੀ ਪਾਇਆ ਕਿਉਂਕਿ ਬਿਆਸ ਇੰਨਾ ਖੂੰਖਾਰ ਦਰਿਆ ਸੀ ਕਿ ਉਸਦੇ ਆਸ ਪਾਸ ਬੰਨ ਕੋਈ ਨਹੀਂ ਸੀ ਤੇ ਉਹ ਹਰ ਸਾਲ ਲੋਕਾਂ ਨੂੰ ਬੁਰੀ ਤਰ੍ਹਾਂ ਨਾਲ ਰੋੜ ਦਿੰਦਾ ਸੀਗਾ। ਦੂਜੀ ਗੱਲ ਉਸ ਇਲਾਕੇ ਦੀ ਇਹ ਹੈ ਕਿ ਉਹ ਇਲਾਕਾ ਬੜਾ ਚੀਕਣੀ ਮਿੱਟੀ ਵਾਲਾ ਹੈ ਤੇ ਜਦੋਂ ਬਰਸਾਤਾਂ ਦੇ ਦਿਨਾਂ ਚ ਸਾਰੇ ਪਾਸੇ ਚਿੱਕੜ ਗਾਰਾ ਜਿਹੜਾ ਚੀਕਣੀ ਮਿੱਟੀ ਦਾ ਬਣਦਾ ਸੀ, ਖਾਸ ਕਰ ਉਹਨਾਂ ਰਸਤਿਆਂ ਤੇ ਜਿਨ੍ਹਾਂ ਰਸਤਿਆਂ ਤੋਂ ਚਰਾਗਾਹਾਂ ਨੂੰ ਚੁਗਣ ਵਾਸਤੇ ਪਿੰਡ ਦਾ ਵਗ ਜਾਂਦਾ ਸੀਗਾ ਤੇ ਸ਼ਾਮ ਨੂੰ ਜਦੋਂ ਵਗ ਵਾਪਸ ਆਉਂਦਾ ਸੀ ਤੇ ਜਿਹੜੇ ਮਾੜੇ ਜੁੱਸੇ ਵਾਲੇ ਪਸ਼ੂ ਆ ਉਹ ਆਮ ਤੌਰ ਤੇ ਜਿਹੜੀ ਦਲਦਲ ਚ ਖੁੱਭ ਜਾਂਦੇ ਸੀ ਤੇ ਜਿਹੜਾ ਵਾਗੀ ਸੀਗਾ ਉਹ ਪਿੰਡ ਦੇ ਉਸ ਮਾਲਕ ਨੂੰ ਜਾ ਕੇ ਕਹਿੰਦਾ ਸੀ ਵੀ ਤੁਹਾਡੀ ਗਾਂ, ਮੱਝ, ਕੱਟਾ ਵੱਛਾ ਜਿਹੜਾ ਹੈ ਉਹ ਫਲਾਣੇ ਥਾਂ ਤੇ ਝਿੱਲਣ ਚ ਫਸਿਆ ਪਿਆ ਹੈ ਤੇ ਮੇਰੇ ਉਸ ਵੇਲੇ ਬਾਲ ਮਨ ਤੇ ਇਹ ਕੋਈ ਜਿਹੜਾ ਬਿੰਬ ਹੈ ਇਸ ਤਰ੍ਹਾਂ ਦਾ ਉੱਕਰਿਆ ਹੋਇਆ ਸੀਗਾ ਕਿ ਇਹ ਜਿਹੜੇ ਪਸ਼ੂ ਨੇ ਇਹਨਾਂ ਦੀ ਤਾਂ ਲੋਕਾਂ ਨੂੰ ਲੋੜ ਹੈ ਤੇ ਜਾ ਕੇ ਰੱਸੇ ਡੰਡੇ ਲੈ ਕੇ ਉਸ ਜਿੱਲਣ ਚੋਂ ਕੱਢ ਲੈਂਦੇ ਨੇ,
ਪਰ ਜਿਹੜੇ ਅਨੇਕਾਂ ਲੋਕ ਪਿੰਡਾਂ ਚ ਅਨਪੜ੍ਹਤਾ ਦੀ ਜਿਲਣ ਚ ਫਸੇ ਹੋਏ ਨੇ, ਇਹ ਤਾਂ ਸਦੀਆਂ ਤੱਕ ਇਸੇ ਤਰ੍ਹਾਂ ਹੀ ਫਸੇ ਰਹਿਣਗੇ। ਤੇ ਫਿਰ ਮੈਂ ਆਪਣੇ ਆਪ ਨੂੰ ਕਹਿੰਦਾ ਸੀ, ਲਖਬੀਰ ਬੱਚੂ ਤੂੰ ਵੀ ਇਸੇ ਜਿਲਣ ਚ ਫਸਿਆ ਹੋਇਆ ਹੈ, ਜੇ ਤੇਰੇ ਚ ਹਿੰਮਤ ਹੈ ਤਾਂ ਇਸ ਚੋਂ ਨਿਕਲ ਕੇ ਦਿਖਾ। ਤੇ ਮੇਰੇ ਸਾਹਮਣੇ ਫਿਰ ਇਹ ਚੁਣੌਤੀ ਹੁੰਦੀ ਸੀਗੀ ਕਿ ਜਿਹੜੀ ਵਿਰੋਧੀ ਹਾਲਾਤ ਨੇ, ਉਹ ਸਥਿਤੀਆਂ ਜਿਹੜੀਆਂ ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੀਆਂ, ਉਹਨਾਂ ਤੇ ਹਮੇਸ਼ਾ ਕਾਬੂ ਪਾਉਣ ਦਾ ਯਤਨ ਕਰਨਾ, ਆਪਣੇ ਮਨੋਬਲ ਨੂੰ ਵਧਾਉਣਾ, ਆਪਣੇ ਸਵੈ ਬਲ ਨੂੰ ਵਧਾਉਣਾ ਤੇ ਹਰ ਕਮਜ਼ੋਰ ਸਥਿਤੀ ਨੂੰ ਆਪਣੀ ਤਾਕਤ ਬਣਾਉਣਾ। ਮਸਲਨ ਹਾਲਾਤ ਤੁਹਾਨੂੰ ਦੱਬਦੇ ਨੇ ਤਾਂ ਤੁਸੀਂ ਜਿਸ ਤਰ੍ਹਾਂ ਕਿਸੇ ਪੋਲੀ ਚੀਜ਼ ਨੂੰ ਪ੍ਰੈਸ਼ਰ ਦੇਈਦਾ ਤਾਂ ਉੱਪਰ ਨੂੰ ਜਾਂਦੀ ਹੈ, ਇਸੇ ਤਰ੍ਹਾਂ ਨਾਲ ਜਦੋਂ ਹਾਲਾਤ ਤੁਹਾਨੂੰ ਦੱਬਦੇ ਨੇ ਤਾਂ ਤੁਸੀਂ ਹਾਲਾਤ ਨੂੰ ਵਸੀਕਾਰ ਕਰਕੇ ਉੱਪਰ ਨੂੰ ਉੱਠਣਾ। ਔਰ ਇਹ ਹੀ ਉਹ ਸਥਿਤੀ ਹੈ ਜਿਹੜੀ ਮੇਰੇ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣੀ ਰਹੀ ਕਿ ਜਬੇ ਬਾਣ ਲਾਗੇ ਤਬੇ ਰੋਸ ਜਾਗੇ। ਜਦੋਂ ਮੇਰੇ ਸਾਹਮਣੇ ਕੋਈ ਖਤਰਨਾਕ ਹਾਲਤ ਹੁੰਦੀ ਸੀ, ਕੋਈ ਜ਼ੋਖਮ ਵਾਲੀ ਹਾਲਤ ਹੁੰਦੀ ਸੀ, ਕੋਈ ਇਮਤਿਹਾਨ ਵਾਲੀ ਹਾਲਤ ਹੁੰਦੀ ਸੀ, ਤਾਂ ਉਸ ਵੇਲੇ ਮੇਰਾ ਜੁੱਸਾ ਤਮਕ ਉੱਠਦਾ ਸੀ, ਮੇਰੇ ਚਿਹਰੇ ਤੇ ਇੱਕ ਜੋਸ਼ ਆਉਂਦਾ ਸੀ ਤੇ ਮੈਂ ਇਹ ਸੋਚਦਾ ਸੀ ਕਿ ਹੁਣ ਮੈਂ ਇਸ ਚੋਂ ਨਿਕਲ ਕੇ ਦਿਖਾਵਾਂਗਾ, ਮੇਰਾ ਹੁਣ ਹੋਣਾ ਹੀ ਤਦ ਹੈ ਜੇ ਮੈਂ ਇਸ ਹਾਲਾਤ ਚੋਂ ਉੱਪਰ ਉੱਠਾਂ। ਤੇ ਸ਼ਾਇਦ ਇਸ ਤਰ੍ਹਾਂ ਦੀ ਸੋਚ ਨਾਲ ਮੈਂ ਹਰ ਹਾਲਾਤ ਵਿੱਚ ਅੱਗੇ ਤੋਂ ਅੱਗੇ ਨਿਕਲਦਾ ਆ ਰਿਹਾ ਵਾਂ ਤੇ ਮੈਨੂੰ ਅੱਜ ਵੀ ਲੱਗਦਾ ਕਿ ਮੇਰੇ ਸਾਹਮਣੇ ਬਹੁਤ ਵੱਡੀਆਂ ਸਥਿਤੀਆਂ ਨੇ ਜਿਨ੍ਹਾਂ ਨੂੰ ਮੈਂ ਕਾਬੂ ਕਰਨਾ, ਜਿਨ੍ਹਾਂ ਤੋਂ ਅੱਗੇ ਵਧਣਾ ਹੈ। ਕਿਆ ਬਾਤ ਹੈ ਜੀ, ਬਹੁਤ ਅੱਛੀ ਗੱਲਬਾਤ ਕਰ ਰਹੇ ਹੋ ਤੁਸੀਂ। ਸੂਖਮ ਦ੍ਰਿਸ਼ਟੀ ਜਦੋਂ ਪ੍ਰਮਾਤਮਾ ਕਿਸੇ ਨੂੰ ਦਿੰਦਾ ਤੇ ਸਾਡੀ ਜਿਹੜੀ ਆਮ ਜ਼ਿੰਦਗੀ ਦੇ ਵਿੱਚ ਜੋ ਵੀ ਹਾਲਾਤ ਗੁਜ਼ਰਦੇ ਆ, ਛੋਟੀਆਂ ਛੋਟੀਆਂ ਘਟਨਾਵਾਂ ਹੁੰਦੀਆਂ, ਉੱਥੇ ਸਾਨੂੰ ਅੰਤਰ ਗਿਆਨ ਹੋ ਜਾਂਦਾ, ਆਤਮਾ ਦਾ ਗਿਆਨ ਹੋ ਜਾਂਦਾ। ਗਿਆਨ ਦੀ ਗੱਲ ਚੱਲ ਰਹੀ ਹੈ, ਅੰਤਰੀ ਵਿਕਾਸ ਦੀ ਗੱਲ ਚੱਲ ਰਹੀ ਹੈ ਤੇ ਅਸੀਂ ਕਿਸ ਤਰ੍ਹਾਂ ਭੁੱਲ ਸਕਦੇ ਹਾਂ ਤੁਹਾਡੇ ਬਚਪਨ ਨੂੰ, ਤੁਹਾਡੇ ਸਕੂਲ ਨੂੰ, ਤੁਹਾਡੇ ਸਹਿਪਾਠੀਆਂ ਨੂੰ। ਤੁਸੀਂ ਦੱਸੋ ਕਿ ਤੁਸੀਂ ਕਿੱਥੋਂ ਇਹ ਸਿੱਖਿਆ ਹਾਸਲ ਕੀਤੀ ਹੈ, ਤੁਹਾਡੇ ਸਹਿਪਾਠੀ ਕਿਹੋ ਜਿਹਾ ਰਹੇ, ਉਸਤਾਦ ਕਿਹੋ ਜਿਹਾ ਰਹੇ, ਸ਼ਾਗਿਰਦ ਕਿਹੋ ਜਿਹਾ ਰਹੇ। ਹਰ ਸਵਾਲ ਮੈਨੂੰ ਇੱਕ ਨਵੇਂ ਹਾਲਾਤ ਵੱਲ ਇਸ਼ਾਰਾ ਕਰਦਾ ਹੈ। ਬੜੀ ਸੰਵੇਦਨਸ਼ੀਲ ਗੱਲ ਹੈ ਮੇਰੀ ਪ੍ਰਾਇਮਰੀ ਤਾਲੀਮ ਦੀ। ਮੰਦੇ ਭਾਗਾਂ ਨੂੰ ਜਦੋਂ ਮੈਂ ਦੂਜੀ ਕਲਾਸ ਵਿੱਚ ਜੇ ਪੜ੍ਹਦਾ ਸਾਂ ਤਾਂ ਮੇਰੇ ਅਧਿਆਪਕ ਜ਼ਿਹਨੀ ਤੌਰ ਤੇ, ਦਿਮਾਗੀ ਤੌਰ ਤੇ ਬਿਮਾਰ ਹੋ ਗਏ। ਔਰ ਹਾਲਾਤ ਇਹ ਹੁੰਦੇ ਸੀਗੇ ਕਿ ਜਿਹੜਾ ਅਧਿਆਪਕ ਪਹਿਲੀ ਕਲਾਸ ਦੇ ਬੱਚਿਆਂ ਨੂੰ ਲੈਂਦਾ ਹੈ ਉਹ ਪੰਜਵੀਂ ਤੱਕ ਉਹਨਾਂ ਨੂੰ ਲੈ ਕੇ ਜਾਂਦਾ ਹੈ, ਪੰਜਵੀਂ 'ਚ ਜਾ ਕੇ ਚੜ੍ਹਦਾ ਹੈ। ਤੇ ਮੈਨੂੰ ਯਾਦ ਹੈ ਦੂਜੀ, ਤੀਜੀ, ਚੌਥੀ, ਪੰਜਵੀਂ ਜਿਹੜੀ ਉਹ ਪੜ੍ਹਾਈ ਕੀਤੀ ਉਹ ਸਾਰੀ ਬਸ ਤੇਰਾ ਰੱਬ ਹੀ ਰਾਖਾ ਜਾਂ ਸਾਡਾ ਰੱਬ ਹੀ ਰਾਖਾ ਇਸ ਤਰ੍ਹਾਂ ਦੀ ਸੀ ਕਿ ਅਧਿਆਪਕ ਸਾਡੇ ਦਿਮਾਗੀ ਤੌਰ ਤੇ ਠੀਕ ਨਹੀਂ ਸੀਗੇ ਔਰ ਉਹਨਾਂ ਦੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਗੱਲ ਕਰਨਾ ਸ਼ਾਇਦ ਇਸ ਤਰ੍ਹਾਂ ਹੀ ਜਿਵੇਂ ਅਧਿਆਪਨ ਨੂੰ ਤੋਹਮਤ ਲਾਉਣਾ ਹੈ। ਤੇ ਫਿਰ ਵੀ ਉਸਦੀ ਰਹਿਮਤ ਸਦਕਾ ਉਸ ਤਰ੍ਹਾਂ ਦੇ ਪੇਂਡੂ ਹਾਲਾਤ ਚੋਂ ਜਿਹੜਾ ਪ੍ਰਾਇਮਰੀ ਤਾਲੀਮ ਹਾਸਲ ਕਰਕੇ ਮੈਂ ਜਾਤੀ ਕੇ, ਮੇਰਾ ਕਪੂਰਥਲਾ ਜ਼ਿਲ੍ਹੇ ਦਾ ਪਿੰਡ ਹੈ, ਉਹਦੇ ਨਾਲ ਪੰਡਾਲ ਬੇਟ ਪਿੰਡ ਹੈ ਜਿਹੜਾ ਜਾਤੀ ਕੇ ਪੰਡਾਲ ਕਰਕੇ ਦੋਨਾਂ ਪਿੰਡਾਂ ਦਾ ਨਾਮ ਜਾਣਿਆ ਜਾਂਦਾ ਹੈ। ਔਰ 6ਵੀਂ ਤੋਂ ਲੈ ਕੇ 10ਵੀਂ ਤੱਕ ਦੀ ਜਿਹੜੀ ਸਿੱਖਿਆ ਹੈ ਮੈਂ ਆਪਣੇ ਗੁਆਂਢੀ ਪਿੰਡ ਪੰਡਾਲ ਬੇਟ ਤੋਂ ਹਾਸਲ ਕੀਤੀ। ਔਰ ਜਿਵੇਂ ਜਿਵੇਂ ਮੈਂ ਅੱਗੇ ਵਧਦਾ ਗਿਆ ਆਪਣੀਆਂ ਛੋਟੀਆਂ ਪ੍ਰਾਇਮਰੀ ਦੀਆਂ ਕਲਾਸਾਂ ਤੋਂ ਉੱਪਰ ਵੱਲ ਨੂੰ ਤਿਵੇਂ ਤਿਵੇਂ ਚੇਤਨਾ ਦੇ ਪੱਧਰ ਨੂੰ ਫਰਕ ਪੈਂਦਾ। ਮੈਂ ਅੱਜ ਵੀ ਮੈਨੂੰ ਲੱਗਦਾ ਹੈ ਕਿ ਜਿਹੜੀ ਹਾਲਾਤ ਨਾਲ ਲੜਨ ਦੀ ਸਥਿਤੀ ਸੀ ਉਹ ਹਮੇਸ਼ਾ ਵੱਧਦੀ ਰਹੀ, ਚੇਤਨਾ ਵੱਧਦੀ ਰਹੀ ਔਰ ਉਹ ਚੇਤਨਾ ਦੇ ਵਧਣ ਨੇ ਹਮੇਸ਼ਾ ਮੇਰਾ ਦਾਇਰਾ ਵਸੀਹ ਕੀਤਾ, ਮੈਨੂੰ ਹੋਰ ਵੱਡੇ ਬਲ ਵਾਲਾ ਬਣਾਇਆ ਉਸ। ਕਿਆ ਬਾਤ ਹੈ ਜੀ, ਚੇਤਨਾ ਦੀ ਗੱਲ ਕਰਦੇ ਤੇ ਚੇਤਨਾ ਕਿਸੇ ਗਰਲਫ੍ਰੈਂਡ ਦਾ ਨਾਂ ਨਹੀਂ ਹੈ, ਚੇਤਨਾ ਅੰਤਰ ਆਤਮਾ ਦੀ ਜਾਗਰੂਕਤਾ ਦਾ ਨਾਂ ਹੈ। ਤੇ ਕਿਉਂ ਨਾ ਬੁਆਏਫ੍ਰੈਂਡ ਤੇ ਗਰਲਫ੍ਰੈਂਡ ਅਸੀਂ ਜੇ ਚੇਤਨਾ ਨੂੰ ਬਣਾ ਲਈਏ ਤਾਂ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਨਿਕਲ ਸਕਦਾ ਹੈ। ਬਿਲਕੁਲ ਜੀ, ਪ੍ਰੋਫੈਸਰ ਸਾਹਿਬ ਗੱਲ ਤੁਸੀਂ ਕਰ ਰਹੇ ਹੋ, ਅੰਤਰੀ ਵਿਕਾਸ ਦੀ ਗੱਲ ਲਗਾਤਾਰ ਚੱਲ ਰਹੀ ਹੈ, ਚੇਤਨਾ ਦੀ ਗੱਲ ਚੱਲ ਰਹੀ ਹੈ, ਤੇ ਤੁਸੀਂ ਇਸੀ ਗੱਲ ਨੂੰ ਆਪਣੇ ਅੰਦਰ ਵਿਕਸਿਤ ਕੀਤਾ, ਫਿਰ ਇੱਕ NGO ਜਿਹੜੀ ਹੈ ਤੁਸੀਂ ਸਥਾਪਿਤ ਕੀਤੀ, ਉਸ NGO ਦੇ ਵਿੱਚ ਤੁਸੀਂ ਵਾਤਾਵਰਣ ਖੂਨਦਾਨ ਨਾਲ ਸੰਬੰਧਿਤ ਹੋਰ ਸਮਾਜਿਕ ਜਿੰਨੇ ਵੀ ਕੰਮ ਕਾਰ ਆ ਤੁਸੀਂ ਕਰਦੇ, ਕਿਹੋ ਜਿਹਾ ਤਜਰਬਾ ਹੈ ਇਸ ਖੇਤਰ ਦੇ ਵਿੱਚ ਤੁਹਾਡਾ? ਰਣਜੀਤ, ਜਦੋਂ ਮੇਰਾ ਆਪਣਾ ਵਿਕਾਸ ਹੋ ਰਿਹਾ ਸੀ ਜਾਂ ਜਦੋਂ ਮੈਂ ਆਪ ਅੱਗੇ ਵਧ ਰਿਹਾ ਸੀ ਤੇ ਹਾਲਾਤ ਨਾਲ 2-4 ਹੁੰਦਿਆਂ ਜਦੋਂ ਮੈਂ ਆਪਣੇ ਵਿਅਕਤੀਤਵ ਵਿਕਾਸ ਨੂੰ ਭਾਪ ਰਿਹਾ ਸੀ ਤਾਂ ਮੈਨੂੰ ਇੰਝ ਲੱਗਦਾ ਸੀਗਾ ਕਿ ਜਿਵੇਂ ਸਰੀਰ ਦਾ ਵਿਕਸਿਤ ਹੋਣਾ, ਖਾਣਾ ਪੀਣਾ ਸਿੱਖ ਲੈਣਾ ਇਹ ਕਾਫੀ ਨਹੀਂ ਹੈ, ਮਨੁੱਖ ਨੂੰ ਅੰਦਰੋਂ ਵਿਕਸਿਤ ਹੋਣ ਦੀ ਲੋੜ ਹੈ। ਤੇ ਅੰਦਰੋਂ ਵਿਕਸਿਤ ਹੋਣ ਵਾਸਤੇ ਜਦੋਂ ਮੈਂ ਦੇਖਦਾ ਸੀ ਸਾਡੀ ਫਿਲੋਸਫੀ ਨੂੰ, ਮੈਂ ਵਾਣੀ ਨੂੰ ਦੇਖਦਾ ਸੀਗਾ, ਵੇਦਾਂ ਦੀ ਫਿਲੋਸਫੀ ਨੂੰ ਦੇਖਦਾ ਸੀਗਾ ਤਾਂ ਉੱਥੇ ਹਰ ਥਾਂ ਇੱਕ ਜਿਹੜਾ ਸਰਵਪੱਖੀ ਵਿਅਕਤੀਤਵ ਵਾਲੇ ਮਨੁੱਖ ਦਾ ਜ਼ਿਕਰ ਆਉਂਦਾ ਸੀ ਜਾਂ ਸਾਡੇ ਕੋਲ ਸਰਵਪੱਖੀ
ਐਸੇ ਵਿਅਕਤੀਤਵ ਐਸੀਆਂ ਮਹਾਨ ਆਤਮਾ ਸੀ ਜਿਹੜੀਆਂ ਸਾਡੇ ਸਾਹਮਣੇ ਉਦਾਹਰਣ ਦੇ ਤੌਰ ਤੇ ਸਨ ਕਿ ਆਪਣੇ ਜ਼ਾਤੀ ਕੰਮ ਕਰਦੇ ਕਰਦੇ ਦੁਨੀਆਂ ਦੇ ਕੰਮ ਕਰਨਾ। ਤੇ ਮੈਂ ਉਸ ਨੂੰ ਕਿਹਾ ਕਿ ਵਿਅਕਤੀ ਦਾ ਸਰਬਾਂਗੀ ਵਿਕਾਸ ਹੋਣਾ ਚਾਹੀਦਾ, ਸਰਬਪੱਖੀ ਵਿਕਾਸ ਹੋਣਾ ਚਾਹੀਦਾ ਹੈ ਅਗਰ ਅਸੀਂ ਦੁਨੀਆਂ ਨੂੰ ਸਵਰਗ ਬਣਾਉਣਾ ਹੈ, ਸਵਰਗ ਵਰਗੀ ਬਣਾਉਣਾ ਹੈ, ਦੁਨੀਆਂ ਨੂੰ ਸੁੱਖਾਂ ਭਰੀ ਬਣਾਉਣਾ ਹੈ, ਦੁਨੀਆਂ ਨੂੰ ਵਾਕਿਆ ਹੀ ਮਾਨਵਾਂ ਦੀ ਦੁਨੀਆਂ, ਮਨੁੱਖਾਂ ਦੀ ਦੁਨੀਆਂ ਬਣਾਉਣਾ ਹੈ, ਤਾਂ ਸਾਨੂੰ ਇਸ ਧਰਤੀ ਤੇ ਰਹਿੰਦੇ ਜਿਹੜੇ ਮਨੁੱਖ ਨੇ ਉਹਨਾਂ ਨੂੰ ਸਰਬਪੱਖੀ ਬਣਾਉਣਾ ਪਏਗਾ। ਅਜੋਕੇ ਹਾਲਾਤ ਦੇ ਮੱਦੇਨਜ਼ਰ, ਸਮੱਸਿਆਵਾਂ ਦੇ ਮੱਦੇਨਜ਼ਰ, ਬੁਰਾਈਆਂ ਦੇ ਮੱਦੇਨਜ਼ਰ ਮੈਨੂੰ ਸੀਗਾ ਕਿ ਅਗਰ ਇਸ ਹਾਲਾਤ ਚ ਕੋਈ ਲੜ ਸਕਦਾ ਹੈ ਤੇ ਉਹ ਸਰਬਪੱਖੀ ਵਿਅਕਤੀਤਵ ਵਾਲਾ ਵਿਅਕਤੀ ਹੀ ਲੜ ਸਕਦਾ ਹੈ। ਔਰ ਉਹ ਸਰਬਪੱਖੀ ਵਿਅਕਤੀਤਵ ਦੇ ਵਿਕਾਸ ਵਾਸਤੇ ਅਸਾਂ ਇੱਕੋ ਜਿਹੀ ਸੋਚ ਵਾਲੇ ਕੁਝ ਅਧਿਆਪਕਾਂ ਨੇ, ਪ੍ਰੋਫੈਸਰਾਂ ਨੇ, ਕੁਝ ਡਾਕਟਰਾਂ ਨੇ, ਕੁਝ ਇੰਜੀਨੀਅਰਾਂ ਨੇ, ਕੁਝ ਮੇਰੇ ਵਿਦਿਆਰਥੀ ਨੇ, ਅਸੀਂ ਰਲ ਕੇ 1996 ਦੇ ਵਿਚ ਇਕ ਸੰਸਥਾ ਦਾ ਗਠਨ ਕੀਤਾ ਜਿਸ ਦਾ ਨਾਂ ਅਸੀਂ ਪਹਿਲ ਰੱਖਿਆ, ਪਹਿਲ ਅੱਗੇ ਵਧਣਾ, ਪਹਿਲ ਕਰਨੀ, ਪਹਿਲਾ ਕਦਮ ਚੁੱਕਣਾ। ਔਰ ਇਸ ਦਾ ਜਿਹੜਾ ਸਮੁੱਚਾ ਮੰਤਵ ਸੀਗਾ ਉਹ ਮਨੁੱਖ ਦਾ ਸਰਬਪੱਖੀ ਵਿਕਾਸ ਸੀਗਾ। ਭਾਵ ਪਹਿਲੀ ਗੱਲ ਕਿ ਮਨੁੱਖ ਨੂੰ ਆਪਣੇ ਆਪੇ ਦਾ, ਆਪਣੇ ਸਵੈ ਦਾ ਅਹਿਸਾਸ ਹੋਵੇ, ਉਸਦੀ ਜਾਣਕਾਰੀ ਹੋਵੇ, ਉਹਨੂੰ ਪਹਿਚਾਣ ਹੋਵੇ ਕਿ ਉਸ ਕੁਦਰਤ ਨੇ, ਕਾਦਰ ਨੇ ਕਿੰਨਾ ਬਿਹਤਰੀਨ ਔਰ ਕਿੰਨਾ ਕਿੰਨਾ ਕੀਮਤੀ ਸਰਮਾਇਆ ਸਵੈ ਦੇ ਰੂਪ ਵਿਚ, ਆਪੇ ਦੇ ਰੂਪ ਵਿਚ, ਸੈਲਫ ਦੇ ਰੂਪ ਵਿਚ ਮਨੁੱਖ ਨੂੰ ਦਿੱਤਾ ਹੈ। ਜੀ ਬਿਲਕੁਲ, ਜੋ ਪਰਮਾਤਮਾ ਹੈ ਉਸਨੇ ਕਾਇਨਾਤ ਬਣਾਈ ਹੈ, ਬਹੁਤ ਸਾਰੇ ਰੰਗ ਨੇ ਉਹਦੀ ਕੈਨਵਸ ਦੇ ਵਿਚ, ਬਹੁਤ ਸਾਰੇ ਜ਼ਿੰਦਗੀ ਦੇ ਰੰਗ ਨੇ। ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ, ਜੇ ਕ੍ਰਿਸ਼ਨ ਮਹਾਰਾਜ ਨੂੰ ਦੇਖੀਏ ਤਾਂ 16 ਕਲਾ ਸੰਪੂਰਨ ਸਨ, ਹਰ ਕਲਾ ਦੇ ਵਿਚ ਪੂਰੇ ਸਨ। ਜੇ ਅਸੀਂ ਰਾਮ ਚੰਦਰ ਜੀ ਦੀ ਗੱਲ ਕਰੀਏ ਤੇ ਉਹ ਮਰਿਆਦਾ ਪੁਰਸ਼ੋਤਮ ਸਨ। ਜੇ ਬਾਬੇ ਨਾਨਕ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ। ਅਲੱਗ ਅਲੱਗ ਸ਼ਖਸੀਅਤ ਨੇ ਸਾਨੂੰ ਜੀਵਨ ਜਾਚ ਸਿਖਾਈ ਹੈ, ਔਰ ਅਸੀਂ ਜੀਵਨ ਜਾਚ ਸਿੱਖਣ ਤੋਂ ਕਿਤੇ ਨਾ ਕਿਤੇ ਅਧੂਰੇ ਪਏ ਹਾਂ, ਔਰ ਦੁੱਖਾਂ ਦੇ ਨਾਲ ਅਸੀਂ ਹੁਣ ਵੀ ਲੜ ਰਹੇ ਹਾਂ। ਗੱਲ ਅਸੀਂ ਕਰ ਰਹੇ ਹਾਂ ਪੇਂਡੂ ਔਰਤਾਂ ਦੀ। ਤੁਸੀਂ ਆਪਣੀ NGO ਦੇ ਰਾਹੀਂ ਪੇਂਡੂ ਔਰਤਾਂ ਚ ਵਿੱਤੀ ਜਿਹੜਾ ਹੈ ਉਹ ਉਹਨਾਂ ਦੀ ਸੈਲਫ ਡਿਪੈਂਡੈਂਸ ਬਣਾਉਣ ਲਈ ਬੜਾ ਕੰਮ ਕੀਤਾ, ਨਵਾੜ ਰਾਹੀਂ ਬੜਾ ਕੰਮ ਕੀਤਾ, ਤੇ ਤੁਸੀਂ ਇਸ ਫੀਲਡ ਦੇ ਵਿਚ ਕੀ ਖੇਤਰ ਦੇ ਵਿਚ ਕਿਹੜਾ ਤਜਰਬਾ ਹਾਸਲ ਕੀਤਾ, ਕਿਹੋ ਜਿਹਾ ਅਹਿਸਾਸ ਹੈ, ਕੀ ਹੋਣਾ ਚਾਹੀਦਾ, ਕੀ ਹੋਇਆ? ਦੇਖੋ ਰਣਜੀਤ, ਜਿਹੜਾ ਸਰਬਪੱਖੀ ਵਿਕਾਸ ਹੈ ਉਹ ਆਦਮੀ ਤੇ ਔਰਤ ਦੋਨਾਂ ਦਾ ਹੀ ਹੋਣਾ ਚਾਹੀਦਾ ਹੈ, ਪਰ ਸਮਾਜ ਵਿਕਾਸ ਦੇ ਵਿਚ ਘਰ ਸਾਂਭਣ ਤੇ ਘਰ ਦੇ ਵਿਕਾਸ ਵਿਚ ਅਗਰ ਯੋਗਦਾਨ ਦੀ ਗੱਲ ਕਰੀਏ ਜਾਂ ਵਿਅਕਤੀ ਵਿਕਾਸ ਚ ਅਗਰ ਯੋਗਦਾਨ ਦੀ ਗੱਲ ਕਰੀਏ ਤਾਂ ਉਹਦੇ ਚ ਮੈਂ ਬੜੇ ਯਕੀਨ ਨਾਲ ਇਹ ਕਹਿ ਸਕਦਾ ਕਿ ਔਰਤ ਦਾ ਯੋਗਦਾਨ ਕਿਤੇ ਜ਼ਿਆਦਾ ਹੁੰਦਾ ਹੈ। ਭਾਵ ਜਿਹੜੀ ਬੱਚੇ ਨੂੰ ਪਹਿਲੀ ਗੱਲ ਤਾਂ ਜਨਮ ਦੇਣਾ, ਔਰ ਦੂਸਰੀ ਗੱਲ ਬੱਚੇ ਦੀ ਤਹਿਜੀਬ ਤਮੱਦਨ ਕਰਨਾ, ਉਸਦਾ ਸ਼ਖਸੀ ਵਿਕਾਸ ਕਰਨਾ, ਇਹਦੇ ਚ ਮੈਨੂੰ ਤਾਂ ਇੰਝ ਲੱਗਦਾ ਹੈ ਕਿ ਬਹੁਤ ਜ਼ਿਆਦਾ ਪ੍ਰਤੀਸ਼ਤ ਨਾਰੀ ਦਾ ਹੱਥ ਹੁੰਦਾ ਹੈ। ਤੇ ਜੇ ਅਸੀਂ ਇਸ ਗੱਲ ਨੂੰ ਮੁੱਦਾ ਬਣਾ ਲਈਏ, ਆਧਾਰ ਬਣਾ ਲਈਏ, ਆਪਣਾ ਮੰਸ਼ਾ ਬਣਾ ਲਈਏ ਕਿ ਅਸੀਂ ਵੈਸੇ ਤਾਂ ਅਸੀਂ ਸਾਰਿਆਂ ਦੇ ਵਿਕਾਸ ਲਈ ਕੰਮ ਕਰਨਾ ਹੈ ਪਰ ਸਾਡੀ ਨਾਰੀ ਲਾਜ਼ਮੀ ਹੀ ਵਿਕਸਿਤ ਹੋਣੀ ਚਾਹੀਦੀ ਹੈ, ਤਾਂ ਮੈਨੂੰ ਇੰਝ ਲੱਗਦਾ ਸਾਰਾ ਸਮਾਜ ਹੀ ਵਿਕਸਿਤ ਹੋ ਜਾਏਗਾ। ਔਰ ਇਸੇ ਤਰ੍ਹਾਂ ਦੇ ਮਨੋਰਥ ਦੇ ਤਹਿਤ ਅਸੀਂ ਔਰਤਾਂ ਦੇ ਵਿਕਾਸ ਲਈ, ਖਾਸ ਕਰ ਪੇਂਡੂ ਔਰਤਾਂ ਦੇ ਵਿਕਾਸ ਲਈ ਕੰਮ ਕਰਦੇ ਹਾਂ। ਔਰ ਜਿਹੜਾ ਅਸੀਂ ਪਿਛਲੇ 2-3 ਸਾਲ ਤੋਂ ਕੰਮ ਸ਼ੁਰੂ ਕੀਤਾ ਹੋਇਆ ਕਪੂਰਥਲਾ ਔਰ ਜਲੰਧਰ ਦੇ ਪੇਂਡੂ ਇਲਾਕਿਆਂ ਵਿਚ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ ਦੇ ਸਹਿਯੋਗ ਦੇ ਨਾਲ ਅਸੀਂ ਪਿੰਡਾਂ ਦੇ ਵਿਚ ਔਰਤਾਂ ਦੇ ਸੈਲਫ ਹੈਲਪ ਗਰੁੱਪ, ਯਾਨੀ ਕਿ ਸਵੈ ਸਹਾਈ ਸਮੂਹ ਬਣਾਉਂਦੇ ਹਾਂ। ਬਣਾਉਣ ਤੋਂ ਬਾਅਦ ਅਸੀਂ ਉਹਨਾਂ ਨੂੰ ਬੈਂਕ ਨਾਲ ਜੋੜਦੇ ਹਾਂ, ਬੈਂਕ ਵਿਚ ਖਾਤਾ ਖੋਲਦੇ ਹਾਂ, ਖਾਤਾ ਖੋਲਣ ਤੋਂ ਬਾਅਦ ਨਾਲ ਨਾਲ ਅਸੀਂ ਉਹਨਾਂ ਨੂੰ ਛੋਟੀ ਬੱਚਤ ਕਰਨ ਦੀ ਆਦਤ ਪਾਉਂਦੇ ਹਾਂ। ਔਰ ਜਿਹੜੀ ਉਹ ਬੱਚਤ ਕਰਦੀਆਂ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ 15 ਔਰਤਾਂ ਦਾ ਗਰੁੱਪ ਜਿਹੜਾ ਹੈ ਇਸ ਛੋਟੀ ਬੱਚਤ ਨੂੰ ਉਧਾਰ ਦੇ ਰੂਪ ਵਿਚ ਆਪ ਵਰਤੋਂ, ਛੋਟਾ ਆਪਸ ਵਿਚ ਕਰਜ਼ੇ ਲੈ ਕੇ, ਇਸ ਸਾਂਝੇ ਪੈਸੇ ਤੋਂ ਕਰਜ਼ੇ ਲੈ ਕੇ ਵਰਤੋਂ। ਜਦੋਂ ਪੈਸੇ ਨੂੰ ਵਰਤਣਾ ਸਿੱਖ ਜਾਂਦੀਆਂ ਨੇ, ਆਪਣੇ ਕਾਗਜ਼ ਜਿਹੜੀਆਂ ਵਹੀਆਂ ਖਾਤੇ ਬਣਾਉਣਾ ਸਿੱਖ ਜਾਂਦੀਆਂ ਨੇ, ਤਾਂ ਫਿਰ ਅਸੀਂ ਖਾਸ ਵਿਧੀ ਦੇ ਤਹਿਤ ਜਿਹੜਾ ਬੈਂਕਾਂ ਦੇ ਕੋਲੋਂ ਉਹਨਾਂ ਦੇ ਸਵੈ ਸਹਾਈ ਸਮੂਹਾਂ ਨੂੰ ਕਰਜ਼ਾ ਲੈ ਕੇ ਦਿੰਦੇ ਹਾਂ। ਉਹਨਾਂ ਕਰਜ਼ਿਆਂ ਨਾਲ ਉਹ ਔਰਤਾਂ ਸਵੈ ਨਿਰਭਰ ਹੋ ਜਾਂਦੀਆਂ ਨੇ। ਜਦੋਂ ਸੁਚਾਰੂ ਢੰਗ ਨਾਲ ਇਹ ਗਰੁੱਪ, ਇਹ ਸਮੂਹ ਬਣ ਜਾਂਦੇ ਨੇ ਤਾਂ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਕੰਮ ਕਿੱਤਿਆਂ ਦੀ ਸਿਖਾਈ ਦਿੰਦੇ ਹਾਂ, ਮੋਮਬੱਤੀਆਂ ਬਣਾਉਣਾ, ਸਾਬਣ ਬਣਾਉਣਾ, ਸਰਫ ਬਣਾਉਣਾ, ਸੋਫਟ ਟੋਇਜ਼ ਬਣਾਉਣਾ, ਇਸ ਤਰ੍ਹਾਂ ਦੇ ਅਨੇਕ ਕਿੱਤੇ ਨੇ ਜਿਹੜੇ ਅਸੀਂ ਮੁਫ਼ਤ ਨਬਾਰਡ ਦੇ ਸਹਿਯੋਗ ਨਾਲ ਉਹਨਾਂ ਔਰਤਾਂ ਨੂੰ ਸਿਖਾਉਂਦੇ ਹਾਂ ਤਾਂ ਕਿ ਔਰਤਾਂ ਆਪਣੇ ਘਰ ਦੀ ਪੱਧਰ ਤੇ, ਪਹਿਲੀ ਗੱਲ ਤਾਂ ਆਰਥਿਕ ਤੌਰ ਤੇ ਆਜ਼ਾਦ ਹੋ ਸਕਣ, ਉਹਨਾਂ ਕੋਲ ਆਪਣੀ ਮਰਜ਼ੀ ਨਾਲ ਖਰਚਣ ਵਾਸਤੇ ਕੁਝ ਪੈਸਾ ਹੋਵੇ,
ਦੂਸਰਾ ਉਹ ਆਪਣੇ ਘਰ ਪਰਿਵਾਰ ਨੂੰ ਵਧੀਆ ਢੰਗ ਨਾਲ ਸਾਂਭ ਸਕਣ, ਤੀਸਰਾ ਉਹਨਾਂ ਨੂੰ ਪੈਸੇ ਦੇ ਆਦਾਨ ਪ੍ਰਦਾਨ ਦਾ ਪਤਾ ਲੱਗੇ, ਚੌਥਾ ਉਹ ਚੁਗਲੀਆਂ ਦੇ ਘੇਰੇ ਚੋਂ ਬਾਹਰ ਨਿਕਲ ਕੇ ਸਾਂਝੇ ਵਿਕਾਸ ਦੇ ਕੰਮ ਕਰ ਸਕਣ, ਪੰਜਵਾਂ ਉਹ ਪਿੰਡ ਦੇ ਵਿੱਚ ਅਗਾਂਹ ਵਧੂ ਬਣ ਕੇ ਨੇਤਾ ਬਣ ਕੇ ਵੀ ਨਿਕਲ ਸਕਣ। ਔਰ ਇਸ ਢੰਗ ਨਾਲ ਹੁਣ ਤੱਕ ਸਾਡੇ ਕੋਲ ਕੋਈ 2000 ਔਰਤਾਂ ਦਾ ਸੰਗਠਨ ਜ਼ਿਲ੍ਹਾ ਕਪੂਰਥਲਾ ਔਰ ਜਲੰਧਰ ਦੇ ਪੇਂਡੂ ਇਲਾਕਿਆਂ ਵਿੱਚ ਬਣਿਆ ਹੋਇਆ ਹੈ ਔਰ ਬੜੇ ਖੂਬਸੂਰਤ ਢੰਗ ਨਾਲ ਉਹ ਔਰਤਾਂ ਆਪਣੇ ਕੰਮਕਾਰ ਕਰ ਰਹੀਆਂ ਨੇ, ਪੈਸੇ ਦਾ ਆਦਾਨ ਪ੍ਰਦਾਨ ਲੈਣ ਦੇਣ ਉਹ ਬੜੇ ਵਧੀਆ ਢੰਗ ਨਾਲ ਕਰਦੀਆਂ ਨੇ। ਅੱਛਾ ਪ੍ਰੋਫੈਸਰ ਸਾਹਿਬ, ਆਪਾਂ ਜਦੋਂ ਵੀ ਗੱਲ ਕਰਦੇ ਹਾਂ ਵਿਕਾਸ ਦੀ, ਅਸੀਂ ਜਦੋਂ ਵੀ ਗੱਲ ਕਰਦੇ ਹਾਂ ਤਾਂ ਅਸੀਂ ਹਮੇਸ਼ਾ ਵਿਮੈਨ ਇੰਪਾਵਰਮੈਂਟ ਦੀ ਗੱਲ ਕਰਦੇ ਹਾਂ। ਜੇ ਮੈਂ ਸੂਖਮ ਦ੍ਰਿਸ਼ਟੀ ਦੇ ਨਾਲ ਦੇਖਾਂ, ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਜੇ ਅਸੀਂ ਕਦੀ ਮੈਨ ਇੰਪਾਵਰਮੈਂਟ ਦੀ ਗੱਲ ਕਰੀਏ। ਸ਼ਾਇਦ ਇਹ ਗੱਲ ਹਾਸੋਹੀਣੀ ਲੱਗੇਗੀ, ਪਰ ਮੈਨੂੰ ਲੱਗਦਾ ਕਿ ਜਿਹੜੇ ਮਾਨਸਿਕ ਪੱਧਰ ਤੇ ਜਦ ਤੱਕ ਮੈਨ ਜਿਹੜੇ ਨੇ ਮਰਦ ਲੋਕ ਨੇ ਉਹਨਾਂ ਨੂੰ ਜਦ ਤੱਕ ਤੁਸੀਂ ਉੱਚਾ ਨਹੀਂ ਉਠਾਉਂਦੇ ਤੇ ਵਿਕਾਸ ਨਹੀਂ ਹੋ ਸਕਦਾ। ਕੀ ਕਹਿਣਾ ਚਾਹੁੰਦੇ ਤੁਸੀਂ ਇਸ ਗੱਲ ਬਾਰੇ? ਪਤਾ ਨਹੀਂ ਕਿੰਜ ਸੋਚਦੇ ਹੋ ਤੁਸੀਂ, ਮੈਨੂੰ ਇੰਜ ਲੱਗਦਾ ਕਿ ਜੇ ਅਸੀਂ ਸ਼ਖਸੀ ਵਿਕਾਸ ਨੂੰ ਦੇਖੀਏ ਤੇ ਜਦੋਂ ਮੈਂ ਦੋਵਾਂ ਧਿਰਾਂ ਦਾ ਮੁਲਾਂਕਣ ਕਰਦਾ ਆਦਮੀ ਤੇ ਔਰਤ ਦੇ ਗੁਣਾਂ ਦਾ ਤੇ ਮੈਨੂੰ ਤਾਂ ਔਰਤ ਆਦਮੀ ਤੋਂ ਕਾਫੀ ਅੱਗੇ ਲੱਗਦੀ ਹੈ। ਮਸਲਨ ਇਨਸਾਨੀ ਨਾਤੇ ਜਿਹੜੇ ਗੁਣ ਚਾਹੀਦੇ ਨੇ ਵਾਕਈ ਸਮਾਜ ਵਾਸਤੇ, ਪਰਿਵਾਰ ਵਾਸਤੇ, ਵਿਕਾਸ ਵਾਸਤੇ, ਜਿਨ੍ਹਾਂ ਚ ਬੁਨਿਆਦੀ ਤੌਰ ਤੇ ਸੰਜਮ ਹੈ, ਸਬਰ ਹੈ, ਕੁਰਬਾਨੀ ਹੈ, ਹੌਸਲਾ ਹੈ, ਦੂਸਰਿਆਂ ਲਈ ਕੰਮ ਕਰਨਾ ਹੈ, ਉਹ ਸਾਰੇ ਔਰਤ ਵਿੱਚ ਆਦਮੀ ਦੇ ਮੁਕਾਬਲੇ ਜ਼ਿਆਦਾ ਨੇ। ਆਦਮੀ ਕੋਲ ਤਾਂ ਫੋਕੀ ਮਰਦਊਪੁਣਾ ਹੈ ਕਿ ਵੱਧ ਤੋਂ ਵੱਧ ਕੀ ਕਰ ਸਕਦਾ ਹੈ, ਉਹ ਗੁੱਤ ਮਰੋੜ ਸਕਦਾ ਹੈ, ਧੌਣ ਮਰੋੜ ਸਕਦਾ ਹੈ, ਚਾਰ ਸਿਰ ਚ ਮਾਰ ਸਕਦਾ ਹੈ, ਪਰ ਔਰਤ ਕੋਲ ਤਾਂ ਇਸ ਤੋਂ ਬਹੁਤ ਵੱਡੇ ਗੁਣ ਨੇ। ਤਾਂ ਇਹ ਤਾਂ ਮੈਨੂੰ ਇੰਜ ਲੱਗਦਾ ਵੀ ਸ਼ਾਇਦ ਨਵੇਂ ਵਿਕਾਸ ਦੀ ਕੋਈ ਗਲਤੀ ਹੈ ਕਿ ਉਹ ਜਿਹੜੇ ਆਦਮੀ ਵਾਲੇ ਨੇ ਅਗਰੈਸਿਵਨੈਸ ਵਾਲੇ ਗੁਣ ਸੀਗੇ, ਗੁੱਸੇ ਵਾਲੇ ਗੁਣ ਸੀਗੇ, ਐਵੇਂ ਫੋਕੀ ਕਿਸਮ ਦੀ ਬਰਾਬਰੀ ਦਿਖਾਉਣ ਵਾਲੇ ਗੁਣ ਸੀਗੇ, ਉਹ ਅਸੀਂ ਆਦਮੀ ਦੇ ਨਲਾਇਕ ਗੁਣ ਜਿਹੜੇ ਔਰਤ ਨੂੰ ਦੇਣੇ ਸ਼ੁਰੂ ਕਰਤੇ ਵੀ ਅੱਜ ਦੀਆਂ ਕੁੜੀਆਂ ਵੀ ਅਗਰੈਸਿਵ ਹੋਣ, ਕੁੜੀਆਂ ਮਰਜ਼ੀ ਕਰ ਸਕਦੀਆਂ। ਇਹ ਹੋਣਾ ਇਸ ਤਰ੍ਹਾਂ ਚਾਹੀਦਾ ਸੀਗਾ ਕਿ ਅਸੀਂ ਮਰਦ ਨੂੰ ਹਲੀਮੀ ਸਿਖਾਉਂਦੇ, ਨਿਮਰਤਾ ਸਿਖਾਉਂਦੇ, ਆਸੀ ਸਿਖਾਉਂਦੇ, ਹਿੰਮਤ ਸਿਖਾਉਂਦੇ, ਕੁਰਬਾਨੀ ਸਿਖਾਉਂਦੇ ਕਿ ਜਿਸ ਤਰ੍ਹਾਂ ਔਰਤ ਸਾਰੇ ਪਰਿਵਾਰ ਨੂੰ ਖਾਣਾ ਖਾਣ ਤੋਂ ਬਾਅਦ ਆਪ ਸਭ ਤੋਂ ਬਾਅਦ ਵਿੱਚ ਖਾਂਦੀ ਹੈ। ਇਹ ਕੋਈ ਵਿਚਾਰਗੀ ਜਾਂ ਨਹੀਂ ਹੈ, ਇਹ ਤਾਂ ਇੱਕ ਬਹੁਤ ਵੱਡੀ ਕੁਰਬਾਨੀ ਹੈ ਕਿ ਉਹ ਸਭ ਨੂੰ ਦੇਖਦੀ ਹੈ ਤੇ ਉਸ ਤੋਂ ਬਾਅਦ ਜੋ ਬਚਦਾ ਉਹ ਆਪ ਖਾਂਦੀ ਹੈ। ਅਗਰ ਇਹਨਾਂ ਗੱਲਾਂ ਨੂੰ ਅਸੀਂ ਨੈਗੇਟਿਵ ਨਾ ਦੇਖੀਏ ਵੀ ਇਹ ਤਾਂ ਇਸ ਕਰਕੇ ਆ ਵੀ ਔਰਤ ਪਿੱਛੇ ਹੈ, ਇਸ ਕਰਕੇ ਨਹੀਂ ਹੈ, ਭਾਰਤੀ ਫਿਲਾਸਫੀ ਚ ਇਸ ਕਰਕੇ ਆ ਕਿ ਔਰਤ ਤਾਂ ਬਹੁਤ ਅੱਗੇ ਸੀ, ਕੁਰਬਾਨੀ ਦੀ ਪੁੰਜਲਾ, ਕੁਰਬਾਨੀ ਦੀ ਪੁਤਲੀ ਸੀਗੀ ਉਹ। ਪਰ ਅਸੀਂ ਜਦੋਂ ਇਹ ਗੱਲਾਂ ਛੱਡੀਆਂ, ਜਦੋਂ ਤੋਂ ਅਸੀਂ ਔਰਤ ਬਰਾਬਰੀ ਦੀ ਆਧੁਨਿਕ ਕਿਸਮ ਦੀ ਗੱਲ ਕਰ ਰਹੇ ਹਾਂ, ਸਮਾਜ ਟੁੱਟਣਾ ਸ਼ੁਰੂ ਹੋ ਗਿਆ, ਪਰਿਵਾਰ ਟੁੱਟਣਾ ਸ਼ੁਰੂ ਹੋ ਗਿਆ, ਜਾਤੀ ਜ਼ਿੰਦਗੀ ਆ ਗਈ, ਔਰਤ ਆਦਮੀ ਦੇ ਬਖੇੜੇ ਸ਼ੁਰੂ ਹੋ ਗਏ, ਔਰ ਹੱਦ ਤੋਂ ਹੱਦ ਅੱਜ ਦੀ ਔਰਤ ਨੂੰ ਅਸੀਂ ਬੜੀ ਵਿਕਸਿਤ ਔਰਤ ਕਹਿ ਰਹੇ ਹਾਂ, ਕਿੰਨੇ ਵਿਆਹ ਕਾਮਯਾਬ ਹੋ ਰਹੇ ਨੇ, ਤੀਜੇ ਦਿਨ ਵਿਆਹ ਟੁੱਟ ਜਾਂਦੇ ਨੇ, ਅੱਜ ਸਾਡੀਆਂ ਬਹੁਤ ਵੱਡੀ ਪ੍ਰਤੀਸ਼ਤ ਜਿਹੜੀਆਂ ਸ਼ਾਦੀਆਂ ਨੇ ਉਹ ਟੁੱਟ ਰਹੀਆਂ ਨੇ। ਕਿਸੇ ਵੇਲੇ ਅਸੀਂ ਕਹਿੰਦੇ ਸੀਗੇ ਜੋੜੀਆਂ ਜੱਗ ਥੋੜੀਆਂ, ਨਰੜ ਬਥੇੜੇ, ਜੋੜੀਆਂ ਨਿਭਦੀਆਂ ਸੀ, ਔਰ ਅੱਜ ਸਾਡੇ ਹਾਲਾਤ ਕੀ ਬਣ ਗਏ ਕਿ ਅਸੀਂ ਜੋੜੀਆਂ ਬਣਾਉਂਦੇ ਹਾਂ, ਨਰੜ ਨਹੀਂ ਜੋੜੀਆਂ ਬਣਾਉਂਦੇ ਹਾਂ, ਛੱਤੀ ਛੱਤੀ ਮੁਲਾਕਾਤਾਂ ਕਰਕੇ ਪਰਖ ਕੇ ਕਈ ਕਈ ਜਾਣੇ ਇੰਟਰਵਿਊ ਕਰਕੇ ਅਸੀਂ ਵਿਆਹ ਸ਼ਾਦੀਆਂ ਕਰਦੇ ਹਾਂ, ਔਰ ਸਾਡੇ ਲਗਭਗ ਅੱਧੇ ਦੇ ਕਰੀਬ ਵਿਆਹ ਟੁੱਟ ਰਹੇ ਆ। ਇਹੋ ਜਿਹਾ ਵਿਕਾਸ ਤਾਂ ਬਾਬੇ ਨਾਨਕ ਨੇ ਨਹੀਂ ਚਾਹਿਆ, ਅੱਜ ਵੀ ਨਹੀਂ ਚਾਹੁੰਦੇ, ਅਸੀਂ ਹੋਣਾ ਵੀ ਨਹੀਂ ਚਾਹੀਦਾ। ਚਾਹੀਦਾ ਤਾਂ ਇਹ ਹੈ ਕਿ ਸਮਾਜ ਵਿੱਚ ਇੱਕ ਸਮਾਵੇਸ਼ੀ ਜ਼ਿੰਦਗੀ, ਸਾਂਝੀ ਜ਼ਿੰਦਗੀ, ਜਿਹੜੇ ਆਪਸ ਵਿੱਚ ਮਿਲਣ ਵਰਤਣ ਦੀ ਜ਼ਿੰਦਗੀ, ਇੱਕ ਦੂਜੇ ਕੇ ਲੀਏ ਵਾਲੀ ਜ਼ਿੰਦਗੀ ਪੈਦਾ ਹੋਵੇ, ਔਰ ਜਿਹੜੀ ਫੋਕੀ ਬਰਾਬਰੀ ਹੈ ਕਿ ਤੂੰ ਕੌਣ ਮੈਂ ਖਾਮ ਖਾ, ਉਸੇ ਢੰਗ ਨਾਲ ਵਿਕਸਿਤ ਹੋਣਾ ਜਿੱਥੇ ਇੱਕ ਦੂਜੇ ਦੇ ਸਹਿਯੋਗੀ ਹੋਈਏ, ਮੈਨੂੰ ਤਾਂ ਉਹ ਵਿਕਾਸ ਅੱਛਾ ਲੱਗਦਾ ਹੈ ਜਿੱਥੇ ਆਦਮੀ ਔਰਤ ਫੋਕੀ ਹੋਂ ਨਹੀਂ, ਸਗੋਂ ਇੱਕ ਦੂਜੇ ਦੇ ਪੂਰਕ ਹੋਣ, ਇੱਕ ਦੂਜੇ ਨੂੰ ਉਹ ਆਸਰਾ ਦੇਣ, ਠਾਰ ਦੇਣ। ਬਿਲਕੁਲ ਜੀ, ਗੱਲ ਤਾਂ ਤੁਸੀਂ ਸਹੀ ਕਹੀ ਹੈ, ਬਰਾਬਰੀ ਹੋਣੀ ਚਾਹੀਦੀ ਹੈ ਮਾਨਸਿਕ ਪੱਧਰ ਤੇ, ਬਿਲਕੁਲ ਦੋਨਾਂ ਦੀ ਸੋਚ ਦੇ ਵਿੱਚ ਹਲੀਮੀ ਹੋਣੀ ਚਾਹੀਦੀ ਹੈ। ਤੁਸੀਂ ਦੂਰਦਰਸ਼ਨ ਦੇ ਨਾਲ ਵੀ ਜੁੜੇ, ਖੇਡ ਤੇ ਖਿਡਾਰੀ ਪ੍ਰੋਗਰਾਮ ਪੇਸ਼ ਕੀਤਾ, ਸਾਨੂੰ ਜਰਾ ਥੋੜਾ ਜਿਹਾ ਉਹਦੇ ਬਾਰੇ ਜ਼ਰੂਰ ਚਾਨਣਾ ਪਾ ਲਓ। ਮੈਂ 1994 ਤੋਂ ਲਗਾਤਾਰ ਦੂਰਦਰਸ਼ਨ ਨਾਲ ਕੰਮ ਕੀਤਾ, ਦੂਰਦਰਸ਼ਨ ਤੋਂ ਬਾਅਦ ਡੀਡੀ ਪੰਜਾਬੀ ਆਇਆ, ਔਰ ਕਾਫੀ ਸਾਰੇ ਐਸੇ ਦੂਰਦਰਸ਼ਨ ਦੇ ਪ੍ਰੋਗਰਾਮ ਨੇ ਜਿਨ੍ਹਾਂ ਚ ਮੈਨੂੰ ਲਗਾਤਾਰ ਕੰਮ ਕਰਨ ਦਾ ਮੌਕਾ ਮਿਲਿਆ। ਮੇਰੀ ਸ਼ੁਰੂਆਤ ਖੇਡ ਤੇ ਖਿਡਾਰੀ ਤੋਂ ਹੋਈ, ਕਈ ਸਾਲਾਂ ਤੱਕ ਮੈਂ ਬੜੇ ਪੁੰਗਰ ਦੇ ਨਵੇਂ ਖਿਡਾਰੀਆਂ ਦੇ ਨਾਲ ਮੁਲਾਕਾਤ ਕੀਤੀਆਂ, ਔਰ ਆਪਣੇ ਆਪ ਨੂੰ ਉਸੇ ਤਰ੍ਹਾਂ ਦਾ ਸਮਝਿਆ ਕਿ ਮੈਂ ਵੀ ਖੇਡਣ ਵਾਲਾ ਹਾਂ। ਵਿੱਚ ਕੱਟ ਰਹੀ ਹਾਂ ਮੈਂ, ਸੌਰੀ ਕੱਟ ਰਹੀ ਤੁਹਾਨੂੰ, ਤੇ ਮੈਨੂੰ ਲੱਗਦਾ ਕਿ ਜਿਹੜਾ ਤੁਹਾਡੇ ਅੰਦਰਲਾ ਵਿਕਾਸ ਹੈ, ਤੁਸੀਂ ਖੇਡ ਤੇ ਖਿਡਾਰੀ ਦੀ ਗੱਲ ਕੀਤੀ, ਇਸੇ ਤਰ੍ਹਾਂ ਦਾ ਸਮਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਇਆ ਜਦੋਂ ਇੱਕ ਠਹਿਰਾਓ ਆ ਜਾਂਦਾ, ਜਦੋਂ ਇਨਸਾਨ ਦੇ ਕੋਈ ਇਹੋ ਜਿਹਾ ਇਮਤਿਹਾਨ ਦੇਣਾ ਪੈਂਦਾ
ਬੜਾ ਕੜਾ ਇਮਤਿਹਾਨ ਹੁੰਦਾ ਹੈ, ਮੌਤ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖਣਾ ਪੈਂਦਾ, ਲੇਕਿਨ ਜ਼ਿੰਦਗੀ ਦੀ ਪਰਵਾਲਿਛਾ ਕਦੀ ਨਹੀਂ ਛੱਡੀ। ਉਹ ਵਾਲਾ ਸਫ਼ਰ ਜਦੋਂ ਤੁਹਾਨੂੰ ਕੈਂਸਰ ਦੀ ਬਿਮਾਰੀ ਹੋਈ ਹੈ, ਜਿੱਥੋਂ ਤੁਸੀਂ ਲੜ ਕੇ ਅੱਜ ਸਾਡੇ ਵਿੱਚ ਬੈਠੇ ਹੋ, ਆਪਣੀ ਨੂਰਾਨੀ ਸੋਚ ਦੇ ਨਾਲ ਸਾਨੂੰ ਵਿਕਸਿਤ ਕਰਨ ਲਈ ਬਹੁਤ ਵਧੀਆ ਕੰਮ ਕਰ ਰਹੇ ਹੋ, ਕਿਹੋ ਜਿਹਾ ਸਫ਼ਰ ਸੀ? ਵੈਸੇ ਤਾਂ ਉਹ ਸਫ਼ਰ ਬੜਾ ਬਹੁਤ ਹੀ ਦੁਖਦਾਇਕ ਹੋਵੇਗਾ, ਪਰ ਅਸੀਂ ਜਾਣਨਾ ਜ਼ਰੂਰ ਚਾਹਾਂਗੇ। ਰਣਜੀਤ, ਬੜੀ ਵੱਡੀ ਚੁਣੌਤੀ ਸੀ ਮੇਰੇ ਲਈ, ਜਦੋਂ ਮੈਂ ਹਰ ਕਿਸੇ ਨੂੰ ਬਾਹਰ ਇਹ ਸੰਦੇਸ਼ ਦਿੰਦਾ ਸੀ ਕਿ ਬੰਦਾ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਉਹਦੇ ਸਾਹਮਣੇ ਜਿੱਡੀ ਮਰਜ਼ੀ ਸਮੱਸਿਆ ਆ ਜਾਏ, ਉਹ ਹੱਸਦਿਆਂ ਹੀ ਸਮੱਸਿਆ ਨੂੰ ਝੱਲੇ। ਮੈਂ ਬਾਹਰ ਸਾਲਾਂ ਬੱਧੀ ਇਹ ਗੱਲ ਕਹਿੰਦਾ ਰਿਹਾ ਤੇ ਗੱਲ ਮੇਰੇ ਸਾਹਮਣੇ ਆ ਗਈ ਕਿ ਇੱਕ ਸਵੇਰ ਮੈਂ ਉੱਠਿਆ, ਰਾਤ ਨੂੰ ਕੰਮ ਕਾਰ ਕਰਦਾ, ਪਹਿਲੇ ਦਿਨ ਜਿਸ ਦਿਨ ਇਹ ਘਟਨਾ ਵਾਪਰਦੀ ਹੈ, ਪਹਿਲੇ ਦਿਨ ਮੈਂ ਕੋਈ 150-155 ਕਿਲੋਮੀਟਰ ਸਕੂਟਰ ਚਲਾਇਆ ਔਰ ਚਾਰ ਸਮਾਗਮਾਂ ਦੇ ਵਿੱਚ ਮੈਂ ਬੜੇ ਜੋਸ਼ ਨਾਲ ਬੋਲਿਆ। ਸੁੱਤਾ ਸਵੇਰੇ ਉੱਠ ਕੇ ਜਦੋਂ ਮੈਂ ਜੋਗਿੰਗ ਕੀਤੀ, ਸਵੇਰ ਦੀ ਸੈਰ ਕੀਤੀ ਹੈ, ਸੈਰ ਤੋਂ ਬਾਅਦ ਮੈਨੂੰ ਸਿਰਫ ਇੱਕ ਛਿੱਕ ਆਉਂਦੀ ਹੈ, ਹਲਕੀ ਜਿਹੀ ਛਿੱਕ ਆਉਣ ਨਾਲ ਮੇਰੀ ਰੀੜ ਦੀ ਹੱਡੀ ਦਾ ਇੱਕ ਮਣਕਾ ਟੁੱਟ ਜਾਂਦਾ ਹੈ ਤੇ ਮੈਂ ਉਸੇ ਵੇਲੇ ਜਿੱਥੇ ਸਾਂ ਮੈਂ ਉੱਥੇ ਹੀ ਪਿੱਛੇ ਹੱਥ ਲਗਾਉਂਦਾ, ਲੇਟ ਜਾਂਦਾ ਹੈ ਤੇ ਉਸ ਵੇਲੇ ਵੀ ਮੈਨੂੰ ਇਹ ਕਪਲੇਟ ਯਾਦ ਆਉਂਦਾ ਹੈ, ਬੁਲੰਦੀ ਤੇ ਖੜਾ ਹੋ ਕੇ ਜੋ ਕਹਿੰਦਾ ਸੀ ਖੁਦਾ ਕੀ ਹੈ, ਲੋਕੀ ਆਖਦੇ ਲੰਘਦੇ ਨੇ ਕਹਿ ਕੇ ਮਿੱਟੀ ਤੇ ਪਿਆ ਕੀ ਹੈ। ਮੈਨੂੰ ਅਹਿਸਾਸ ਹੁੰਦਾ ਕਿ ਲਖਬੀਰ ਤੂੰ ਹੁਣੇ ਹੀ ਇਸ ਸੜਕ ਤੇ ਦੌੜ ਰਿਹਾ ਸੀ, ਹੁਣ ਤਾਂ ਤੂੰ ਮਿੱਟੀ ਹੋ ਗਿਆ। ਬੜੇ ਸੋਚ ਵਿਚਾਰ ਨਾਲ, ਬੜੇ ਸੰਜਮ ਨਾਲ ਮੈਂ ਆਪਣੇ ਪਰਿਵਾਰ ਦੀ ਮਦਦ ਨਾਲ ਆਪਣੇ ਆਪ ਨੂੰ ਐਂਬੂਲੈਂਸ ਮੰਗਵਾ ਕੇ ਉੱਥੋਂ ਚੁਕਵਾਉਂਦਾ ਹੈ। MRI ਕਰਵਾ ਕੇ ਮੈਂ ਜਦੋਂ ਔਰਥੋ ਦੇ ਡਾਕਟਰ ਕੋਲ ਜਾਂਦਾ ਹਾਂ ਤੇ ਡਾਕਟਰ ਮੈਨੂੰ ਦੱਸਦਾ ਹੈ ਕਿ ਭਾਈ ਤੇਰਾ ਤਾਂ ਰੀੜ ਦੀ ਹੱਡੀ ਦਾ ਇੱਕ ਮਣਕਾ ਜਿਹੜਾ ਹੈ ਉਹ ਟੁੱਟ ਚੁੱਕਾ ਹੈ। ਠੀਕ ਹੈ, ਮੈਨੂੰ ਸਿੱਧਿਆਂ ਇੱਕ ਲੱਕੜ ਵਾਂਗ ਲਟਾ ਕੇ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ, ਪਰ ਉਸ ਤੋਂ 13 ਦਿਨ ਬਾਅਦ ਪਤਾ ਲੱਗਦਾ ਹੈ ਕਿ ਭਾਈ ਇਹ ਜਿਹੜਾ ਮਣਕਾ ਟੁੱਟਾ ਹੈ ਇਹ ਰੀੜ ਦੀ ਹੱਡੀ ਦਾ ਸਧਾਰਨ ਨਹੀਂ, ਇਹ ਤਾਂ ਕੈਂਸਰ ਦੀ ਵਜ੍ਹਾ ਕਰਕੇ ਟੁੱਟਾ ਹੈ। ਜੀ, ਬੜੀ ਵੱਡੀ ਗੱਲ ਸੀ, ਬੜੀ ਵੱਡੀ ਚੁਣੌਤੀ ਸੀ, ਔਰ ਬੜੀ ਲੰਬੀ ਸੋਚ ਵਿਚਾਰ ਤੋਂ ਬਾਅਦ ਇੱਕਦਮ ਮੈਨੂੰ ਰਾਜੀਵ ਗਾਂਧੀ ਕੈਂਸਰ ਹਸਪੀਟਲ ਦਿੱਲੀ ਦੇ ਵਿੱਚ ਲਿਜਾਇਆ ਜਾਂਦਾ ਹੈ ਔਰ ਉੱਥੇ ਲਿਜਾ ਕੇ ਕੋਈ 5 ਦਿਨ ਬੜੀਆਂ ਸੂਖਮ ਕਿਸਮ ਦੇ ਤਜਰਬੇ, ਬਹੁਤ ਸਾਰੀਆਂ ਇਨਵੈਸਟੀਗੇਸ਼ਨ, ਜਾਂਚਾਂ ਮੇਰੀਆਂ ਹੁੰਦੀਆਂ ਨੇ। ਜਾਂਚਾਂ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਕੈਂਸਰ ਤਾਂ 3 ਸਟੇਜ ਦਾ ਹੈ ਔਰ ਡਾਕਟਰ ਕਹਿੰਦੇ ਨੇ ਕਿ ਬਹੁਤ ਹੀ ਸੰਗੀਨ ਹਾਲਤ ਹੈ, ਉੱਠਣਾ ਬੜਾ ਮੁਸ਼ਕਲ ਹੈ। ਤਾਂ ਪਤਾ ਨਹੀਂ ਮੇਰਾ ਆਪਾ ਉਹ ਵਾਹਿਗੁਰੂ ਮੈਨੂੰ ਕਿੰਨੀ ਕੁ ਹਿੰਮਤ ਦਿੰਦਾ ਹੈ। ਮੈਂ ਡਾਕਟਰਾਂ ਨੂੰ ਉਸ ਵੇਲੇ ਕਹਿੰਦਾ ਹੈ ਕਿ ਡਾਕਟਰ ਸਾਹਿਬ ਆਪਣੀ ਜ਼ੁਬਾਨ ਸਾਂਭੋ, ਮੈਨੂੰ ਇੱਕ ਵਾਰ ਉੱਠਣ ਦਿਓ, ਤੁਹਾਨੂੰ ਭਾਸ਼ਣ ਦਿਆਂਗਾ ਔਰ ਉਸ ਤੋਂ ਬਾਅਦ ਤੁਸੀਂ ਮੈਨੂੰ ਥੋੜੇ ਜਿਹੇ ਦਿਨ ਜੀਣ ਦਾ ਕਹਿੰਦੇ ਹੋ, ਮੈਂ ਤੁਹਾਨੂੰ 60 ਸਾਲ ਜੀ ਕੇ ਦਿਖਾਵਾਂਗਾ। ਬਸ ਰਣਜੀਤ, ਇਹ ਮੇਰੀ ਚੁਣੌਤੀ ਸੀ ਕਿ ਮੈਨੂੰ ਆਪਣੇ ਅੰਦਰੋਂ ਬਹੁਤ ਹਿੰਮਤ ਇਕੱਠੀ ਕਰਨੀ ਪਈ। ਮੈਨੂੰ ਉਸ ਵਾਹਿਗੁਰੂ ਨੇ ਆਸ਼ੀਰਵਾਦ ਦਿੱਤਾ, ਮੈਨੂੰ ਜ਼ਿੰਦਗੀ ਬਖਸ਼ੀ ਔਰ ਕੀਮੋਥੈਰੇਪੀ, ਰੇਡੀਓਥੈਰੇਪੀ ਤਕਰੀਬਨ 4 ਮਹੀਨੇ ਤੱਕ ਜਿਹੜਾ ਮੇਰਾ ਇਲਾਜ ਰਾਜੀਵ ਗਾਂਧੀ ਹਸਪੀਟਲ ਤੋਂ ਚੱਲਦਾ ਰਿਹਾ। ਉਸ ਤੋਂ ਬਾਅਦ ਜਦੋਂ ਦੁਬਾਰਾ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬਿਮਾਰੀ ਇੱਕ ਵਾਰ ਤਾਂ ਕਾਫੀ ਕਮਜ਼ੋਰ ਪੈ ਚੁੱਕੀ ਹੈ, ਪਿੱਛੇ ਜਾ ਚੁੱਕੀ ਹੈ, ਤੇ ਦੂਸਰਾ ਜਿਹੜਾ ਮੇਰਾ ਇਲਾਜ ਦਾ ਮਰਹਲਾ ਸੀ ਉਹ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਫ ਏਮਸ ਦਿੱਲੀ ਵਿੱਚ ਸੀਗਾ ਔਰ ਉੱਥੇ ਮੇਰੇ ਲਈ ਇਹ ਸੀ ਕਿ ਮੇਰਾ ਬੋਨ ਮੈਰੋ ਟਰਾਂਸਪਲਾਂਟ ਕੀਤਾ ਜਾਏਗਾ ਔਰ ਬੋਨ ਮੈਰੋ ਟਰਾਂਸਪਲਾਂਟ ਕਰਨਾ ਤਾਂ ਵਾਕਈ ਇੱਕ ਵਾਰ ਜ਼ਿੰਦਗੀ ਮੌਤ ਦੀ ਖੇਡ ਖੇਡਣਾ ਹੁੰਦਾ ਹੈ ਕਿ ਤੁਹਾਡੇ ਸਰੀਰ ਦੇ ਵਿੱਚੋਂ ਜਿਹੜਾ ਪਹਿਲਾ ਬੋਨ ਮੈਰੋ ਆ ਉਹਨੂੰ ਪੂਰੀ ਤਰ੍ਹਾਂ ਨਾਲ ਜਲਾ ਕੇ ਦਵਾਈਆਂ ਨਾਲ ਖਤਮ ਕਰਕੇ ਤੇ ਨਵੇਂ ਸਿਰਿਓਂ ਤੁਸੀਂ ਜਿਹੜਾ ਜ਼ਿੰਦਗੀ ਸ਼ੁਰੂ ਕਰਨੀ ਹੈ। ਤੇ ਸੱਚਮੁੱਚ ਉੱਥੇ ਬੰਦੇ ਦੇ ਸਾਹਮਣੇ ਇੱਕ ਸਫੇਦ ਪੇਪਰ ਲੱਗਾ ਹੁੰਦਾ ਜਿਸ ਤੇ ਲਿਖਿਆ ਹੁੰਦਾ ਹੈ 0 ਡੇ ਔਰ ਜੀਂਦੇ ਜੀ ਆਪਣੀਆਂ ਅੱਖਾਂ ਨਾਲ ਤੁਸੀਂ 0 ਡੇ ਦੇਖਣਾ, ਮੈਨੂੰ ਇੰਝ ਲੱਗਦਾ ਹੈ ਕਿ ਕਾਫੀ ਹਿੰਮਤ ਇਕੱਠੀ ਕਰਨੀ ਪਈ ਉਸ ਦਿਨ ਨੂੰ, ਪਹਿਲਾ ਦਿਨ, ਦੂਜਾ ਦਿਨ, 14 ਦਿਨ, 4th ਦਿਨ, ਇਸ ਤਰ੍ਹਾਂ ਨਾਲ ਉਨੇ ਦਿਨਾਂ ਤੱਕ ਦਿਨਾਂ ਦੀ ਗਿਣਤੀ ਹੋ ਰਹੀ ਜਦ ਤੱਕ ਡਾਕਟਰ ਨੂੰ ਇਹ ਯਕੀਨ ਨਹੀਂ ਹੋ ਗਿਆ ਕਿ ਬੰਦਾ ਹੁਣ ਫਿਰ ਤੋਂ ਜੀਣਾ ਸ਼ੁਰੂ ਹੋ ਜਾਏਗਾ ਔਰ ਉਹ ਖੁਸ਼ ਨਸੀਬ 7ਵਾਂ ਦਿਨ ਸੀ ਜਿਸ ਦਿਨ ਜਿਹੜੇ ਮੇਰੇ ਬੋਨ ਮੈਰੋ ਦੇ ਨਵੇਂ ਸੈੱਲ ਬਣਨੇ ਸ਼ੁਰੂ ਹੋ ਗਏ ਔਰ ਡਾਕਟਰਾਂ ਨੇ ਜਿਹੜਾ ਦਿਨਾਂ ਦੀ ਗਿਣਤੀ ਵਾਲਾ ਕਾਗਜ਼ ਫਾੜ ਦਿੱਤਾ ਔਰ ਉਸ ਤੋਂ ਬਾਅਦ ਫਿਰ ਤੋਂ ਇੱਕ ਵਾਰ ਸਾਲਾਂ ਦੀ ਗਿਣਤੀ ਸ਼ੁਰੂ ਹੋ ਗਈ ਔਰ ਅੱਜ ਮੈਂ ਖੁਸ਼ਕਿਸਮਤ ਹਾਂ ਕਿ ਪੰਜਾਬੀ ਰੇਡੀਓ USA ਦੇ ਸਰੋਤਿਆਂ ਨਾਲ ਮੈਨੂੰ ਕਈ ਵਾਰ ਮੈਂ ਹੱਸਦਾ ਕਹਿ ਵੀ ਦਿੰਦਾ ਕਿ ਮੈਂ ਤਾਂ ਭਾਈ
ਅਜੇ 5 ਸਾਲਾਂ ਦਾ ਨੀ ਹੋਇਆ, 4.5 ਸਾਲਾਂ ਦਾ ਹੈ, ਤੇ ਤੁਸੀਂ ਸਾਰੇ ਨਾ ਅੱਜ 4.5 ਸਾਲਾਂ ਦੇ ਬੱਚੇ ਦੀਆਂ ਗੱਲਾਂ ਸੁਣਦੇ ਪਏ ਹੋ। ਜੀ ਬਿਲਕੁਲ ਜੀ, ਬੜੀ ਖੁਸ਼ੀ ਦੀ ਗੱਲ ਹੈ। ਤੁਸੀਂ ਜਦੋਂ ਇਹ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਹੋ ਤਾਂ ਮੇਰੀ ਸਿੱਧੀ ਸੂਖਮ ਦ੍ਰਿਸ਼ਟੀ ਉਧਰ ਜਾਂਦੀ ਹੈ ਕਿ ਜਿੱਥੇ ਅਸੀਂ ਕਹਿੰਦੇ ਹਾਂ ਕਿ ਮਨ ਮੰਦਿਰ ਵੀ ਹੈ, ਮਨ ਮਸਜਿਦ ਵੀ ਹੈ, ਮਨ ਗੁਰਦੁਆਰਾ ਵੀ ਹੈ। ਬਿਲਕੁਲ ਜੀ, ਜਿੰਨੀ ਵੀ ਤਾਕਤ ਮਿਲਦੀ ਹੈ ਸਾਨੂੰ ਅੰਦਰੋਂ ਮਿਲਦੀ ਹੈ, ਤੇ ਇਹੋ ਜਿਹੇ ਇਨਸਾਨ ਦੇ ਨਾਲ ਜਦੋਂ ਅਸੀਂ ਰੂਬਰੂ ਹੋਏ ਆ ਤੇ ਸਾਨੂੰ ਇਹ ਪਤਾ ਲੱਗ ਜਾਣਾ ਚਾਹੀਦਾ ਕਿ ਅਸੀਂ ਸਾਰੀਆਂ ਪ੍ਰਸਥਿਤੀਆਂ ਦਾ ਮੁਕਾਬਲਾ ਆਪਣੇ ਅੰਦਰਲੀ ਸ਼ਕਤੀ ਦੇ ਨਾਲ ਪੂਰੀ ਤਰ੍ਹਾਂ ਨਾਲ ਕਰ ਸਕਦੇ ਹਾਂ। ਤੁਸੀਂ ਇੱਕ NGO ਦੇ ਨਾਲ ਜੁੜੇ ਹੋ, ਤੁਸੀਂ ਇੱਕ ਅਧਿਆਪਕ ਹੋ, ਔਰ ਮੇਰੇ ਹਿਸਾਬ ਦੇ ਨਾਲ ਤੁਸੀਂ ਇੱਕ ਵਿਦਵਾਨ ਵੀ ਹੋ ਤੇ ਕਿਤੇ ਨਾ ਕਿਤੇ ਲੇਖਕ ਵੀ ਜ਼ਰੂਰ ਹੋਵੋਗੇ। ਤੇ ਇਹੋ ਜਿਹੀ ਕਿਹੜੀ ਗੱਲ, ਇਹੋ ਜਿਹੀ ਕਿਹੜੀ ਯਾਦ ਜਿਹੜੀ ਹਮੇਸ਼ਾ ਤੁਹਾਡੇ ਮਨ ਨੂੰ ਗੁਦਗੁਦਾਉਂਦੀ ਹੈ, ਬੜਾ ਖੁਸ਼ ਕਰਦੀ ਹੈ ਕਿਤੇ ਜਦੋਂ ਫ੍ਰੀ ਹੋ ਕੇ ਤੁਸੀਂ ਬਹਿੰਦੇ ਹੋ? ਦੇਖੋ ਕੁਝ ਇਸ ਤਰ੍ਹਾਂ ਦੀ, ਜਿਵੇਂ ਮੈਂ ਹੁਣੇ ਹੀ ਜਿਹੜੀ ਮੈਂ ਤੁਹਾਡੇ ਨਾਲ ਇੱਕ ਪਹਿਲਾਂ ਵਾਕਿਆ ਸਾਂਝਾ ਕੀਤਾ ਕਿ ਬਚਪਨ ਦੇ ਵਿੱਚ ਮੈਂ ਕਿਵੇਂ ਸੋਚਦਾ ਸੀ ਜੀ। ਫਿਰ ਮੈਂ ਇੱਕ ਤੁਹਾਡੇ ਨਾਲ ਬਹੁਤ ਵੱਡਾ ਵਾਕਿਆ ਸਾਂਝਾ ਕੀਤਾ ਕਿ ਕੈਂਸਰ ਦੇ ਨਾਲ ਮੇਰਾ ਕਿਸ ਤਰ੍ਹਾਂ ਦਾ ਵਾਹ ਰਿਹਾ। ਅਸਲ ਚ ਜਦੋਂ ਹੁਣ ਮੈਂ ਜੀਣਾ ਆ, ਸੋਚਦਾ ਆ, ਤੇ ਮੈਂ ਉਸ ਮੇਰੀ ਜ਼ਿੰਦਗੀ ਦਾ ਇੱਕ ਪੜਾਅ ਸੀ ਕਿ ਇੱਕ ਉਸ ਤੋਂ ਪਹਿਲੀ ਜ਼ਿੰਦਗੀ, ਇੱਕ ਉਸ ਤੋਂ ਬਾਅਦ ਦੀ ਜ਼ਿੰਦਗੀ ਹੈ, ਬਿਲਕੁਲ ਨਵੇਂ ਜਨਮ ਵਰਗੀ ਜ਼ਿੰਦਗੀ ਹੈ। ਤੇ ਹੁਣ ਮੇਰੀ ਸੋਚ ਤਾਂ ਇਹ ਰਹਿੰਦੀ ਹੈ ਕਿ ਮੇਰਾ ਹਰ ਪਲ ਕੀ ਮੇਰਾ ਹਰ ਸਾਹ ਕਿਸੇ ਅਰਥ ਲੱਗੇ, ਮੈਂ ਸਾਹ ਵੀ ਲਵਾਂ ਤੇ ਉਹਦੇ ਨਾਲ ਕੋਈ ਕੰਮ ਹੋਣਾ ਚਾਹੀਦਾ ਹੈ। ਜਾਂ ਉਸ ਤੋਂ ਪਹਿਲਾਂ ਮੈਂ 16 ਘੰਟੇ ਡੇਲੀ ਕੰਮ ਕਰਦਾ ਸਾਂ, ਅੱਜ ਮੈਂ 18 ਘੰਟੇ ਡੇਲੀ ਕੰਮ ਕਰਦਾ ਆ, ਤਾਂ ਮੇਰਾ ਹਰ ਪਲ ਯਾਦਗਾਰੀ ਹੁੰਦਾ ਹੈ। ਮਤਲਬ ਤੁਸੀਂ ਮੈਨੂੰ ਯਾਦਗਾਰੀ ਪਲ ਲੱਭਣ ਦੀ ਗੱਲ ਕਰਦੇ ਹੋ, ਮੇਰਾ ਕੋਈ ਵੀ ਐਸਾ ਪਲ ਨਹੀਂ ਹੈ ਜਿਹੜਾ ਯਾਦਗਾਰੀ ਨਹੀਂ ਹੈ। ਮੈਨੂੰ ਇੰਝ ਲੱਗਦਾ ਹੈ ਕਿ ਮੇਰੇ ਸਾਹ ਹੀ ਯਾਦਗਾਰੀ ਸਾਹ ਲੈ ਰਿਹਾ ਹਾਂ ਮੈਂ। ਤੇ ਮੈਨੂੰ ਮੈਂ ਦੂਸਰਿਆਂ ਨੂੰ ਕਹਿਣਾ ਹੈ ਕਿ ਭਾਈ ਸਾਰੇ ਇਸ ਤਰ੍ਹਾਂ ਸੋਚੋ ਕਿ ਜਦੋਂ ਤੁਹਾਡਾ ਨਵਾਂ ਦਿਨ ਚੜ੍ਹਦਾ ਹੈ ਤਾਂ ਅਸਲ ਵਿੱਚ ਉਹ ਤੁਹਾਡੀ ਜ਼ਿੰਦਗੀ ਦਾ, ਹਰ ਕਿਸੇ ਦੀ ਜ਼ਿੰਦਗੀ ਦਾ ਆਖਰੀ ਦਿਨ ਹੁੰਦਾ ਹੈ, ਕਿਉਂਕਿ ਇੱਕ ਦਿਨ ਦੁਬਾਰਾ ਨਹੀਂ ਆਉਣਾ ਹੁੰਦਾ। ਜੇ ਦਿਨ ਦੁਬਾਰਾ ਨਹੀਂ ਆਉਣਾ ਹੁੰਦਾ ਤੇ ਇਸ ਕਰਕੇ ਉਹ ਯਾਦਗਾਰੀ ਦਿਨ ਹੈ, ਤੇ ਸਾਨੂੰ ਉਹ ਦਿਨ ਯਾਦਗਾਰੀ ਢੰਗ ਨਾਲ ਮਨਾਉਣਾ ਚਾਹੀਦਾ ਹੈ। ਇਸ ਢੰਗ ਨਾਲ ਮਨਾਉਣਾ ਚਾਹੀਦਾ ਹੈ ਕਿ ਤੁਹਾਡਾ ਹਰ ਦਿਨ ਹੀ ਯਾਦਗਾਰੀ ਹੋਵੇ। ਜੇ ਤੁਹਾਡਾ ਹਰ ਦਿਨ ਇੰਨੀ ਸੋਚ ਸਮਝ ਵਾਲਾ ਯਾਦਗਾਰੀ ਹੈ ਤਾਂ ਯਕੀਨਨ ਹੈ ਫਿਰ ਤੁਸੀਂ ਉਹਨਾਂ ਦਿਨਾਂ ਚੋਂ, ਯਾਦਗਾਰੀ ਦਿਨਾਂ ਚੋਂ ਇਹ ਲੱਭਣਾ ਕਿ ਕਿਹੜਾ ਜ਼ਿਆਦਾ ਯਾਦਗਾਰੀ ਹੈ, ਕਿਉਂਕਿ ਤੁਸੀਂ ਤਾਂ ਜ਼ਿੰਦਗੀ ਦੇ ਹਰ ਪਲ ਨੂੰ ਉੱਡ ਕੇ ਜੀਂਦੇ ਹੋ। ਮਸਲਨ ਜੇ ਤੁਸੀਂ ਮੈਨੂੰ ਕਹੋ ਮੈਂ ਕਿੱਥੇ ਜੀਣਾ ਹੈ, ਮੈਂ ਕਹੂੰਗਾ ਮੈਂ ਤਾਂ ਭਾਈ ਉੱਡਦਾ ਰਹਿੰਦਾ ਹੈ, ਮੈਂ ਤਾਂ ਫੁੱਲਾਂ ਵਾਂਗ ਹਲਕਾ ਜੀਵਨ ਜੀਣਾ ਹੈ, ਮੈਂ ਤਾਂ ਤਿਤਲੀਆਂ ਵਰਗਾ ਜੀਵਨ ਜੀਣਾ ਹੈ। ਤਾਂ ਜਿਹੜਾ ਤਿਤਲੀਆਂ ਵਰਗਾ ਜੀਵਨ ਹੈ, ਜਿਹੜਾ ਸਰੀਰ ਦੇ ਭਾਰ ਤੋਂ ਬਿਨਾਂ ਵਾਲਾ ਜੀਵਨ ਹੈ, ਉਹਦਾ ਤਾਂ ਹਰ ਪਲ ਹੀ ਜਿਹੜਾ ਯਾਦਗਾਰੀ ਹੈ। ਇਸ ਕਰਕੇ ਮੇਰੀ ਤਾਂ ਜ਼ਿੰਦਗੀ ਪਲ ਪਲ ਇੱਕ ਯਾਦਗਾਰ ਜ਼ਿੰਦਗੀ ਹੈ। ਮੈਨੂੰ ਲੱਗਦਾ ਮੈਂ ਕਈ ਵਾਰ ਤੁਹਾਡੀ ਅਖਬਾਰ ਚ ਫੋਟੋ ਦੇਖਦੀ ਹੁੰਦੀ ਆ ਜਾਂ ਕੋਈ ਤੁਹਾਡੀ ਕਟਿੰਗ ਦੇਖਦੀ ਆ ਤਾਂ ਤੁਸੀਂ ਸਵਾਮੀ ਵਿਵੇਕਾਨੰਦ ਦੀਆਂ ਕਿਤਾਬਾਂ ਪੜ੍ਹਦੇ ਦਿਖਾਈ ਦਿੰਦੇ ਆ, ਤੇ ਅੱਜ ਮੈਨੂੰ ਏਦਾਂ ਲੱਗਦਾ ਕਿ ਉਹਨਾਂ ਦੀ ਸੋਚ ਲੈ ਕੇ ਸਵੈਮ ਸਵਾਮੀ ਵਿਵੇਕਾਨੰਦ ਪ੍ਰਗਟ ਹੋ ਗਏ ਸਾਡੇ ਸਾਹਮਣੇ। ਔਰ ਇਹ ਮੇਰੀ ਖੁਸ਼ ਨਸੀਬੀ ਹੈ ਕਿ ਛੋਟੀ ਜਿਹੀ ਉਮਰ ਦੇ ਵਿੱਚ ਹੀ ਜਿਨ੍ਹਾਂ ਦੇ ਮੈਂ ਦਰਸ਼ਨ ਨਹੀਂ ਕਰ ਸਕੀ ਹੁਣ ਮੈਂ ਕਰ ਰਹੀ ਹਾਂ। ਅੱਛਾ, ਆਪਾਂ ਗੱਲ ਕਰ ਰਹੇ ਪ੍ਰੋਫੈਸਰ ਸਾਹਿਬ, ਸਾਰੀਆਂ ਜਿਹੜੀਆਂ ਗੱਲਾਂ ਇਨਸਾਨ ਦੇ ਸੁੱਖਾਂ ਦੇ ਨਾਲ ਸੰਬੰਧਿਤ ਆ। ਇਨਸਾਨ ਸਾਰੀ ਜ਼ਿੰਦਗੀ ਸੁੱਖਾਂ ਲਈ ਭਟਕਦਾ ਔਰ ਸਾਰੀ ਜ਼ਿੰਦਗੀ ਉਹਨੂੰ ਇਹ ਸਮਝ ਨਹੀਂ ਆਉਂਦੀ ਕਿ ਇਨਸਾਨ ਦੀ ਜ਼ਿੰਦਗੀ ਦਾ ਪ੍ਰਯੋਜਨ ਹੈ ਕੀ, ਉਹਨੇ ਕਰਨਾ ਕੀ ਹੈ, ਉਹ ਇਸ ਦੁਨੀਆਂ ਤੇ ਆਇਆ ਕਿਉਂ ਆ, ਪੈਦਾ ਹੋਇਆ, ਵਿਆਹ ਹੋਇਆ, ਬੱਚੇ ਹੋਏ, ਫਿਰ ਇਹੀ ਸਿਲਸਿਲਾ ਚੱਲੀ ਜਾ ਰਿਹਾ। ਪਰ ਸ਼ਾਇਦ ਉਸ ਪਰਮਾਤਮਾ ਨੇ ਇਹਦੇ ਪਿੱਛੇ ਕੋਈ ਹੋਰ ਕਾਰਨ ਬਣਾਇਆ, ਇਹ ਸਾਰੇ ਸਾਧਨ ਸਾਨੂੰ ਸਿਰਫ ਸੌਖਿਆਂ ਰੱਖਣ ਲਈ ਦਿੱਤੇ ਆ। ਕੀ ਕਰਨਾ ਚਾਹੀਦਾ ਸਾਨੂੰ ਇਸ ਜ਼ਿੰਦਗੀ ਦਾ, ਸਾਡੇ ਦਾ ਕੀ ਪ੍ਰਯੋਜਨ ਹੋਣਾ ਚਾਹੀਦਾ? ਦੇਖੋ ਬੜਾ ਪੇਚੀਦਾ ਸਵਾਲ ਹੈ, ਇਸੇ ਤਰ੍ਹਾਂ ਦਾ ਪੇਚੀਦਾ ਹੈ ਜਿੰਨਾ ਰੱਬ ਬਾਰੇ ਕਹਿਣਾ। ਜਿੱਦਾਂ ਮੋਹਨ ਸਿੰਘ ਨੇ ਕਿਹਾ ਹੈ, ਰੱਬ ਇੱਕ ਗੁੰਝਲਦਾਰ ਬਾਜ਼ਾਰ ਤੇ ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆਂ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ। ਕਾਫਰ ਹੋਣੋਂ ਡਰ ਕੇ ਜਿਵੇਂ ਖੋਜੋਂ ਮੂਲ ਨਾ ਕੁੰਜੀ, 100 ਬੰਦਿਆਂ ਦੇ ਕਾਫਰ ਨਾਲੋਂ ਖੋਜੀ ਚੰਗਾ। ਮੈਂ ਸ਼ਬਦ ਪਿੱਛੋਂ ਭੁੱਲ ਗਿਆ ਇੱਕ, ਮਤਲਬ ਨਿਰੰਤਰ ਯਤਨਸ਼ੀਲ ਰਹਿਣਾ, ਕੋਸ਼ਿਸ਼ ਕਰਦੇ ਰਹਿਣਾ, ਅੱਗੇ ਨੂੰ ਵੱਧਦੇ ਰਹਿਣਾ, ਉਸਾਰੂ ਸੋਚਣਾ, ਭਲਾ ਕਰਨਾ, ਤੇ ਹਮੇਸ਼ਾ ਇਹ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਜਿਸ ਤਰ੍ਹਾਂ ਜ਼ਿੰਦਗੀ ਜੀਵੇ ਤੇ ਜ਼ਿੰਦਗੀ ਆਪਣੇ ਆਪ ਚ ਸਾਰਥਕ ਹੋ ਜਾਂਦੀ ਹੈ। ਔਰ ਅਸਲ ਵਿੱਚ ਸ਼ਾਇਦ ਮਨੁੱਖ ਨੂੰ ਅਸ਼ਰਫੁਲ ਮਖਲੂਕਾਤ, ਇਸ ਕਾਇਨਾਤ ਦੀ ਸਭ ਤੋਂ ਉੱਤਮ ਦੇਹੀ ਇਸ ਲਈ ਕਿਹਾ ਗਿਆ ਕਿ ਇਹਦੀ ਦੇਹੀ ਦੇ ਉੱਪਰ ਮਨੁੱਖ ਸਿਰ ਤਾਂ ਨੂੰ ਚੁੱਕ ਕੇ ਰੱਖਦਾ ਹੈ। ਉਹ ਇਸ ਕਰਕੇ ਚੁੱਕ ਰੱਖਦਾ ਕਿ ਸਭ ਤੋਂ ਉੱਪਰ ਦਿਮਾਗ ਹੈ, ਤੇ ਜੇ ਉਹ ਦਿਮਾਗ ਦੀ ਵਰਤੋਂ ਕਰੇ ਤਾਂ ਸਿਰਫ ਇੱਕੋ ਇੱਕ ਜੀਵ ਹੈ ਜਿਸ ਨੂੰ ਮਨੁੱਖ ਅਸੀਂ ਕਹਿੰਦੇ ਹਾਂ,
ਜਿਹੜਾ ਇਹ ਸੋਚ ਸਕਦਾ ਹੈ ਕਿ ਕੀ ਚੰਗਾ ਤੇ ਕੀ ਮਾੜਾ ਹੈ, ਵਾਤਾਵਰਨ ਨੂੰ ਕਿਵੇਂ ਸਾਂਭਣਾ ਹੈ, ਸਿਹਤ ਨੂੰ ਕਿਵੇਂ ਸਾਂਭਣਾ ਹੈ, ਸਿੱਖਿਆ ਕਿਵੇਂ ਹਾਸਲ ਕਰਨੀ ਹੈ, ਹਾਸਲ ਕੀਤੀ ਸਿੱਖਿਆ ਨੂੰ ਪਰ ਸਵਾਰਥ ਲਈ ਕਿਵੇਂ ਵਰਤਣਾ ਹੈ, ਆਪਣੀ ਵਾਣੀ ਜਿਹਨੂੰ ਅਸੀਂ ਸਰਸਵਤੀ ਕਹਿੰਦੇ ਹਾਂ, ਦੇਵੀ ਕਹਿੰਦੇ ਹਾਂ, ਇੱਥੋਂ ਤੱਕ ਕਿ ਇਸ ਨੂੰ ਬ੍ਰਹਮ ਤੱਕ ਕਹਿ ਦਿੱਤਾ ਗਿਆ, ਆਪਣੀ ਵਾਣੀ ਦਾ ਦਰੁਸਤ ਇਸਤੇਮਾਲ ਕਿਵੇਂ ਕਰਨਾ ਹੈ। ਤੇ ਜੇ ਕਿਤੇ ਮਨੁੱਖ ਆਪਣੇ ਦਿਮਾਗ ਨੂੰ ਆਪਣੀ ਸਿਹਤ ਦੀ ਸੰਭਾਲ ਲਈ ਵਰਤੋਂ ਕਰਦਾ ਹੋਇਆ ਨਸ਼ਿਆਂ ਤੇ ਬੁਰੀਆਂ ਆਦਤਾਂ ਛੱਡ ਦੇਵੇ, ਜੇ ਉਹ ਸਿੱਖਿਆ ਨੂੰ ਮਨੁੱਖ ਦਾ ਤੀਸਰਾ ਨੇਤਰ ਮੰਨਦਾ ਹੋਇਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਗੁਰਬਾਣੀ ਅਨੁਸਾਰ ਕਹਿੰਦਾ ਹੋਇਆ ਵਿਦਿਆ ਨੂੰ ਦੂਸਰਿਆਂ ਦੇ ਭਲੇ ਲਈ ਵਰਤਣ ਲੱਗ ਪਵੇ, ਤੇ ਜੇ ਉਹ ਵਾਤਾਵਰਨ ਨੂੰ ਇਹ ਸੋਚੇ ਕਿ ਜਿਹੜਾ ਮੇਰਾ ਰਹਿਣ ਸਹਿਣ ਆ ਮੈਂ ਇਸ ਨੂੰ ਸੁਧਾਰਾਂ ਤੇ ਵਾਤਾਵਰਨ ਚ ਆਪਣੀ ਸ਼ਮੂਲੀਅਤ ਉਸਾਰੂ ਕਰਾਂ, ਤੇ ਫਿਰ ਉਹ ਸੁਖਨ ਦੇ ਬੋਲ ਬੋਲਣ ਲੱਗ ਪਵੇ, ਤਾਂ ਮੈਨੂੰ ਇੰਝ ਲੱਗਦਾ ਕਿ ਇਸ ਧਰਤੀ ਤੇ ਮਨੁੱਖ ਦਾ ਜੀਣਾ ਵਾਕਈ ਸਕਾਰਥਾ ਹੋ ਜਾਏਗਾ। ਤੇ ਸ਼ਾਇਦ ਮਨੁੱਖ ਦਾ ਜੀਣ ਦਾ ਮਕਸਦ ਵੀ ਇਹੀ ਹੈ ਕਿ ਉਹ ਇਸ ਧਰਤੀ ਨੂੰ ਸਹੀ ਢੰਗ ਨਾਲ ਨਿਯੰਤ੍ਰਿਤ ਕਰ ਸਕੇ। ਕਿਆ ਬਾਤ ਹੈ ਜੀ, ਬਹੁਤ ਹੀ ਸੂਖਮ ਸੋਚ। ਵਾਕਈ ਲੱਗਦਾ ਕਿਤੇ ਨਾ ਕਿਤੇ ਸਵੈ ਅਧਿਐਨ, ਇੰਨੀਆਂ ਕਿਤਾਬਾਂ, ਇੰਨੇ ਗ੍ਰੰਥ, ਇੰਨੀ ਵਿਦਵਤਾ, ਇੰਨਾ ਸਾਡੇ ਕੋਲ ਸਾਰਾ ਕੁਛ ਹੈ, ਪਰ ਪਤਾ ਨਹੀਂ ਕਿਉਂ ਅਸੀਂ ਅੱਖਾਂ ਬੰਦ ਕਰਕੇ ਉਹਨਾਂ ਹਨੇਰਿਆਂ ਦੇ ਵਿੱਚ ਹੀ ਭਟਕਦੇ ਰਹਿੰਦੇ ਹਾਂ, ਰੋਂਦੇ ਰਹਿੰਦੇ ਹਾਂ, ਕਿਸੇ ਪਰਮਾਤਮਾ ਦੀ ਉਡੀਕ 'ਚ ਬੈਠੇ ਰਹਿੰਦੇ ਹਾਂ। ਜਿੱਥੇ ਤੱਕ ਲੱਗਦਾ ਕਿ ਪਰਮਾਤਮਾ ਦਾ ਅਰਥ ਹੀ ਹੈ ਪਰਮ ਆਤਮਾ, ਜਦੋਂ ਆਤਮਾ ਦੇ ਵਿੱਚੋਂ ਸਭ ਕੁਛ ਖਤਮ ਹੋ ਜਾਂਦਾ, ਕਾਮ ਖਤਮ ਹੋ ਜਾਂਦਾ, ਕ੍ਰੋਧ ਖਤਮ ਹੋ ਜਾਂਦਾ, ਲੋਭ ਖਤਮ ਹੋ ਜਾਂਦਾ, ਮੋਹ ਖਤਮ ਹੋ ਜਾਂਦਾ, ਹੰਕਾਰ ਖਤਮ ਹੋ ਜਾਂਦਾ, ਤੇ ਫਿਰ ਉਹ ਸ਼ੁੱਧਤਾ ਆਉਂਦੀ ਹੈ ਤੇ ਉਹ ਪਰਮਾਤਮਾ ਬਣ ਜਾਂਦਾ। ਖੈਰ, ਮੈਂ ਤਾਂ ਹਜੇ ਜ਼ਿੰਦਗੀ ਦਾ ਤਜਰਬਾ ਨਹੀਂ ਹਾਸਲ ਕੀਤਾ, ਹਜੇ ਸ਼ੁਰੂਆਤ ਹੀ ਹੈ। ਤੁਸੀਂ ਜ਼ਿੰਦਗੀ ਦੇਖੀ ਹੈ, ਪਲ ਪਲ ਦੇਖੀ ਹੈ, ਕਿਤੇ ਹੱਸਦੀ ਦੇਖੀ ਹੈ, ਕਿਤੇ ਰੋਂਦੀ ਦੇਖੀ ਹੈ, ਤੇ ਹੁਣ ਜਿਹੜੇ ਸਾਡੇ ਨੌਜਵਾਨ ਨੇ ਉਹ ਕਿਤੇ ਨਾ ਕਿਤੇ ਭਟਕ ਗਏ ਨੇ। ਅਸੀਂ ਸਾਰੇ ਅਰਦਾਸਾਂ ਜ਼ਰੂਰ ਕਰ ਰਹੇ ਹਾਂ, ਗੁਰਦੁਆਰਿਆਂ 'ਚ ਕਰ ਰਹੇ ਹਾਂ, ਮੰਦਰਾਂ 'ਚ ਕਰ ਰਹੇ ਹਾਂ। ਮਾਂ ਇੱਕ ਜਾ ਕੇ ਸਵੇਰੇ ਅਰਦਾਸ ਕਰਦੀ ਹੈ ਕਿ ਮੇਰਾ ਬੇਟਾ ਜਿਹੜਾ ਸ਼ਰਾਬ ਪੀਣੋਂ ਹਟ ਜਾਏ, ਨਸ਼ਾ ਕਰਨੋਂ ਹਟ ਜਾਏ। ਪਰ ਮੈਨੂੰ ਲੱਗਦਾ ਕਿਤੇ ਅਰਦਾਸ ਕਰਨ ਨਾਲੋਂ ਜ਼ਰੂਰੀ ਹੈ ਕਿ ਉਹਨਾਂ ਦਾ ਆਪਾਂ ਕਿੱਦਾਂ ਜਗਾਉਣਾ, ਇਹ ਕਿਤੇ ਨਾ ਕਿਤੇ ਗੱਲ ਹੋਣੀ ਚਾਹੀਦੀ। ਤੁਸੀਂ ਕੀ ਕਹਿਣਾ ਚਾਹੋਗੇ? ਬੜੀ ਸੰਵੇਦਨਸ਼ੀਲ ਗੱਲ ਹੈ ਔਰ ਬੜੀ ਵੱਡੀ ਸਮੱਸਿਆ ਹੈ ਕਿ 21ਵੀਂ ਸਦੀ ਦੇ ਉਸ ਪੜਾਅ ਤੇ ਜਦੋਂ ਭਾਰਤ ਇੱਕ ਖੁਸ਼ਕਿਸਮਤ ਮੁਲਕ ਹੈ ਸਾਰੀ ਦੁਨੀਆ 'ਚ, ਜਿੱਥੇ ਯੁਵਾ ਸ਼ਕਤੀ ਦੀ ਗਿਣਤੀ ਸਭ ਤੋਂ ਵੱਡੀ ਹੈ, ਔਰ ਬਦਕਿਸਮਤੀ ਇਹ ਹੈ ਕਿ ਯੁਵਾ ਸ਼ਕਤੀ ਦੇ ਸਾਹਮਣੇ ਆਦਰਸ਼ ਨਹੀਂ ਹੈਗੇ, ਔਰ ਉਹ ਸਿਰਫ ਪਦਾਰਥਕ ਖੁਸ਼ੀਆਂ ਵਾਲੇ ਪਾਸੇ ਨੂੰ ਭੱਜਿਆ ਹੋਇਆ, ਜਿਹਦੇ 'ਚੋਂ ਨਸ਼ੇ, ਵਿਹਲਾਪਨ ਤੇ ਬਹੁਤ ਸਾਰੀਆਂ ਹੋਰ ਬੁਰੀਆਂ ਚੀਜ਼ਾਂ ਜਿਹੜੀਆਂ ਆ ਰਹੀਆਂ ਨੇ। ਉਸ ਮੌਕੇ ਤੇ ਸਭ ਤੋਂ ਪਹਿਲੀ ਗੱਲ ਮਾਪਿਆਂ ਦੀ ਕਿ ਮਾਪਿਆਂ ਨੂੰ ਇਹ ਕਰਨਾ ਲੋੜੀਂਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਹੁ ਪੱਖੀ ਸ਼ਖੀਅਤ ਦੇ ਮਾਲਕ ਬਣਾਉਣ ਲਈ ਆਪ ਵਧੀਆ ਬਣਨ, ਔਰ ਫਿਰ ਜਿੱਥੇ ਵੀ ਕਿਤੇ ਬੱਚਾ ਪੜ੍ਹਦਾ ਹੈ ਸਕੂਲਾਂ ਨਾਲ ਤੇ ਕਾਲਜਾਂ ਨਾਲ ਬਹੁਤ ਵਧੀਆ ਤਾਲਮੇਲ ਰੱਖਣ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਵਧੀਆ ਬਣਾ ਸਕਣ। ਦੂਸਰੀ ਗੱਲ ਵਿਦਿਅਕ ਸੰਸਥਾਵਾਂ ਦੀ, ਚਾਹੇ ਉਹ ਡਿਗਰੀ ਕਾਲਜ ਨੇ ਜਾਂ ਉਹ ਪ੍ਰੋਫੈਸ਼ਨਲ ਇੰਜੀਨੀਅਰਿੰਗ, ਡਾਕਟਰੀ ਤੇ ਹੋਰ ਸਾਰੇ ਕਾਲਜ ਨੇ, ਉਹ ਸਾਰੇ ਬੱਚਿਆਂ ਨੂੰ ਜਿਹੜੇ ਨੌਜਵਾਨਾਂ ਨੂੰ ਇਹੋ ਜਿਹੀ ਗੱਲ ਸਮਝ ਕੇ ਕਿ ਜੇ ਇਹਨਾਂ ਦੀ ਤਹਿਜੀਬ ਬਣਾ ਲਈ, ਜੇ ਇਹਨਾਂ ਨੂੰ ਬਹੁ ਪੱਖੀ ਬਣਾ ਲਿਆ ਤੇ ਸ਼ਾਇਦ ਅਸੀਂ ਸਭ ਤੋਂ ਵੱਡੀ ਪ੍ਰਾਪਤੀ ਕਰ ਲਈ, ਤੇ ਜੇ ਕਿਤੇ ਭਾਰਤ ਦੇ ਪਰਿਵਾਰ, ਭਾਰਤ ਦਾ ਸਮਾਜ, ਭਾਰਤ ਦੇ ਵਿਦਿਅਕ ਅਦਾਰੇ, ਭਾਰਤ ਦੇ ਧਾਰਮਿਕ ਅਦਾਰੇ, ਔਰ ਜੇ ਕਿਤੇ ਸ਼ਾਇਦ ਜਿਹੜੇ ਸਾਡੇ ਸਿਆਸੀ ਅਦਾਰੇ ਹੈ ਉਹਨਾਂ ਨੂੰ ਵੀ ਇੰਨੀ ਗੱਲ ਸਮਝ ਜਾਏ ਕਿ ਜਿੰਨੀ ਦੇਰ ਤੱਕ ਅਸੀਂ ਯੁਵਕਾਂ ਨੂੰ ਬਹੁ ਪੱਖੀ ਸ਼ਖਸੀਅਤ ਵਾਲੇ ਨਹੀਂ ਬਣਾਉਂਦੇ, ਸਾਡਾ ਪਾਰ ਉਤਾਰਾ ਨਹੀਂ ਹੋਣਾ, ਸਾਡਾ ਬੇੜਾ ਨਹੀਂ ਤਰਨਾ, ਉਨੀ ਦੇਰ ਤੱਕ ਇਹ ਕੁਝ ਨਹੀਂ ਸੁਧਰ ਸਕਦਾ। ਮੈਂ ਤਾਂ ਇੱਥੇ ਇਹੀ ਅਪੀਲ ਕਰਾਂਗਾ ਭਾਰਤੀਆਂ ਨੂੰ ਔਰ ਬਾਹਰ ਵੱਸਦੇ ਪੰਜਾਬੀਆਂ ਨੂੰ, ਜਿਹੜੇ ਵੀ ਪੰਜਾਬੀ ਰੇਡੀਓ USA ਸੁਣ ਰਹੇ ਨੇ, ਕਿ ਉਹ ਇਸ ਨਵੀਂ ਪੀੜ੍ਹੀ ਵੱਲ ਵੱਧ ਤੋਂ ਵੱਧ ਧਿਆਨ ਦੇਣ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਭਾਰਤ ਹੈ ਉਹ ਸੱਚਮੁੱਚ ਸੁਪਰ ਪਾਵਰ ਬਣ ਸਕੇ, ਇੱਕ ਮਹਾਂਸ਼ਕਤੀ ਬਣ ਸਕੇ। ਇਸ ਗੱਲ ਦੀ ਅੱਜ ਬਹੁਤ ਸਖ਼ਤ ਲੋੜ ਹੈ, ਸਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਇਸ ਲਈ ਕੰਮ ਕਰਨਾ ਚਾਹੀਦਾ ਹੈ। ਬਿਲਕੁਲ ਜੀ, ਜਿੰਨੀ ਦੇਰ ਤੁਹਾਡੀ ਇੰਟਰਵਿਊ ਚੱਲੀ ਤੇ ਮੈਂ ਸਵੈ ਅਧਿਐਨ ਕਰ ਰਹੀ ਸੀ, ਸੈਲਫ ਅਨਾਲਿਸਿਸ ਕਰ ਰਹੀ ਸੀ, ਤੇ ਮੈਨੂੰ ਇਹ ਲੱਗ ਰਿਹਾ ਕਿ ਬਾਬਾ ਨਾਨਕ ਨੂੰ ਕਿਸੇ ਨੇ ਪੁੱਛਿਆ ਸੀ ਵੀ ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਦੁਖੀ ਹੈ, ਸਾਰਾ ਸੰਸਾਰ ਪਿੱਟ ਰਿਹਾ, ਤੇ ਉਹਨਾਂ ਨੇ ਇਹ ਕਿਹਾ ਸੀ ਕਿ ਸਮਾਜ ਨੂੰ ਸੁਧਾਰਨ ਦੀ ਲੋੜ ਨਹੀਂ, ਸਾਨੂੰ ਸਾਰਿਆਂ ਨੂੰ ਆਪਣਾ ਆਪਣਾ ਸੁਧਾਰ ਕਰ ਲੈਣਾ ਚਾਹੀਦਾ, ਆਪਣੀ ਆਪਣੀ ਜ਼ਿੰਮੇਵਾਰੀ ਚੱਕ ਲੈਣੀ ਚਾਹੀਦੀ। ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਲਖਬੀਰ ਸਿੰਘ ਜੀ, ਪੰਜਾਬੀ ਰੇਡੀਓ USA ਦੇ ਜਲੰਧਰ ਸਟੂਡੀਓ ਵਿੱਚ ਤੁਸੀਂ ਆਏ, ਸਾਡੇ ਸਰੋਤਿਆਂ ਨਾਲ ਰੂਬਰੂ ਹੋਏ, ਸਾਨੂੰ ਜ਼ਿੰਦਗੀ ਦੀਆਂ ਬਰੀਕ ਗੱਲਾਂ ਤੁਸੀਂ ਦੱਸ ਕੇ ਚੱਲੇ ਆ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜ਼ਿੰਦਗੀ ਇੱਕ ਸਫ਼ਰ ਹੈ ਤੇ ਆਪਾਂ ਸਫ਼ਰ ਤੈਅ ਕਰਦੇ ਰਹਿਣਾ,
ਰੋਜ਼ ਇੱਕ ਨਵੇਂ ਸਫ਼ਰ ਲਈ ਤਿਆਰ, ਫਿਰ ਹੋਰ ਕਿਸੇ ਦੀ ਜ਼ਿੰਦਗੀ ਦਾ ਸਫ਼ਰ ਦੀ ਕਹਾਣੀ ਲੈ ਕੇ ਤੁਹਾਡੀ ਸੇਵਾ 'ਚ ਤੁਹਾਡੀ ਦੋਸਤ ਰਣਜੀਤ ਸੰਧੂ ਜ਼ਰੂਰ ਹਾਜ਼ਰ ਹੋਵੇਗੀ। ਤਦ ਤੱਕ ਲਈ ਆਪਣੀ ਦੋਸਤ ਰਣਜੀਤ ਸੰਧੂ ਨੂੰ ਦਿਓ ਆਗਿਆ, ਸਤਿ ਸ਼੍ਰੀ ਅਕਾਲ।